कोई सारिया ना होवे जेड़ी साडे नाल होई हो दिल्ली कड़ाए जहाज एयरपोर्ट ते बैठे नाल नाल सोनिए तू मी चलिया कनेडा में मी चलिया हो गया कमाल सोनिए ओ फिटे लांदिया मारिया उठ खड़ ओए बड़ा लाल साहब आ दिन दे कित चलया ओए उठ खड़ पाजी की हैगा तुसी सवेरे सवेरे रोला पाके मेरा सपना तोड़ दिता हैगा बंद करो रजनीकांत दे सपने देखने हुण दिखणा जीत नु चाह दे गया नालिया दो मिनट भी लेट होगा जीत तेरे पक्का पंचर ला दू ओ पाजी एक दिन मैं स्टार बन जाना हैगा तुसी इत्थे रोटियां पकांदे रह जाना हैगा मारू साले दे रखड़ा कमा के साले लूंगिया लंगे खड़ा दूंगा चक चक इतली ओ मेरी सपनों की रानी तेरा बेड़ा तरजे तेरा और साले कुड़ी देखते देखते ने गुट लूड़िया चाह ना अजीत नु तेरा सिर मांदा पियाना चल दौड़ जा चल ओ मैं का मलाई दे टुन्यो इधर दा देखो हुण तां ओ नजर बट्टू भी चले गया शकले मनूसा इधर वेखो जमा शैल शबीला गबरू जवानी जमा पाटन की आई है कोहेनूर जमा कोहेनूर होए ओ रब्बा ओ मेरी चोली च पा दे ओए मैं तेरा बड़ा शुक्रगुजार होऊंगा ओए चाचा पेंचर बाद में लाना पहले चाय पी लो हो बल्ले वो तेरे आ कीतिया शेरा काम दी गल चाह पीते बिना ता मेरे हाथ पैर नहीं चलते लै एदे बाद चो लाने पक्का पेंचर पहला चाह पीने ओए आ की गरीब दे खून वर्गी चाह बना रखी है टपकल पानी वो जदों असी पैसे पूरे दिने चाह ता चज दी बना लिया करो पूरा दुध फूक लिया करो ओ चाचा सवेरे सवेरे की रोला पाया ओए एक बारी मेरी लैला नू आ लैण दियो फिर वेख्यो चाह किवें दी बनदी आ आ लैण दे तेरी लैला नू नाले होर चलो चक ले जा चाह मैं नहीं पीनी ओ चल छड जी सियां इनू मेरी गल सुन ले वी चाह ता एक बार मेरे दादे ने पीती पता नहीं दुश्मना ने की घोल के पिलाता इको घुट भरिया नाल दी नाले ढेरी हो उदो बाद सौ चक ली अज तो बाद चाह नहीं पीनी हुण तक सौ पका रहे हैं निर्णय कर जे असी चाह नहीं पींदे बस आही देख 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 मेरा साला गल कुछ होर ही सी गल कुछ होर ही बना के बह गया ना तेरा दादा बहुत बड़ा फ्रीडम फाइटर दिया ਉਹਨੂੰ ਕੋਈ ਚਾਹ ਚ ਜ਼ਹਿਰ ਦਊਗਾ ਉਹ ਸਾਲੇ ਮੈਸਾਂ ਚੋਰੀ ਕਰਦਾ ਫੜਿਆ ਗਿਆ ਤੀ ਰਾਤ ਨੂੰ ਅਗਲਿਆਂ ਨੇ ਕੁੱਟ ਕੁੱਟ ਕੇ ਨੁਕਰੇ ਲਾਤਾ ਆਇਆ ਵੱਡਾ ਚਲੋ ਚੱਕ ਚੱਲ ਲੈ ਜਾ ਇੱਥੋਂ ਕਹਿ ਜਾ ਡਬਕਲ ਪਾਣੀ ਬਣਾ ਕੇ ਲੈ ਕੇ ਆਇਆ ਨਾ ਗੱਲ ਸੁਣੋ ਏ ਦੁੱਧ ਕਿੱਥੋਂ ਲੈਣੇ ਹੋ ਆਪਣੇ ਬੈਲੀ ਭਾਜੀ ਤੇ ਲੈ ਆਏਗਾ ਹੁਣੇ ਬੁਲਾਉਂਦਾ ਹੈਗਾ ਨਾ ਬੁਲਾਉਣ ਦੀ ਕੀ ਲੋੜ ਹੈਗੀ ਕੋਈ ਨਾ ਕੋਈ ਨਾ ਜਾ ਉਹ ਮਜਨੂੰ ਭਾਜੀ ਉਹ ਬੈਲੀ ਭਾਜੀ ਕੋ ਬੁਲਾਣਾ ਉਹ ਨਾ ਲੈਲਾ लैला में आ गया ओ बैली भाजी नु बुलाना आएगा लैला लैला करी जाना आएगा सानू आवाज मारी आ ओए ओ पाजी मैं इसलिए आवाज मारी हैगी चाचा बोल रहा सीगा थोड़े दूध च मिलावट ओ ना 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 शेरा मैं कदो कहा भी थोड़े दूध च मिलावट आ मैं ताए कहंदा थी भी चाय बहुत सोहनी मेरा मतलब स्वाद बनी है ओए झूठ ना बोल बुढ़िया ਸਾਡੇ ਦੁੱਧ ਬਾਰੇ ਬਕਵਾਸ ਕਰ ਰਹੇ ਸਾਉ ਲੱਗੇ ਵੱਡੇ ਮਹਾਰਾਜ ਜੀ ਮੈਂ ਕੋਈ ਬਕਵਾਸ ਨਹੀਂ ਕਰਦਾ ਸੀਗਾ ਮੈਂ ਤਾਂ ਐ ਕਹਿੰਦਾ ਸੀਗਾ ਵੀ ਦੁੱਧ ਤਾਂ ਬਹੁਤ ਪਿਓਰ ਹੈ ਨਹੀਂ ਨਹੀਂ ਚਾਚਾ ਬੋਲ ਰਿਹਾ ਸੀਗਾ ਹੁਣ ਦੁੱਧ ਚ ਬਹੁਤ ਮਿਲਾਵਟ ਹੈਗੀ ਓਏ ਬੁੜਿਆ ਸਾਨੂੰ ਨਹੀਂ ਪਤਾ ਸਾਡਾ ਦੁੱਧ ਕਿੱਦਾਂ ਦਾ ਅੱਜ ਨਹੀਂ ਤੈਨੂੰ ਛੱਡਣਾ ਆਪਣੇ ਰੱਬ ਨੂੰ ਇੱਥੇ ਯਾਦ ਕਰ ਲੈ ਉਹ ਗੱਲ ਸੁਣ ਲੈ ਸ਼ੇਰਾ ਗੁੱਸਾ ਨਾ ਕਰ ਮੈਂ ਤੇਰੇ ਪਿਓਾਂ ਵਰਗਾ ਓਏ ਸ਼ੁਕਰ ਕਰ ਕਿ ਤੂੰ ਸਿਰਫ ਮੇਰੇ ਪਿਓ ਵਰਗਾ ਜੇ ਮੇਰਾ ਪਿਓ ਹੁੰਦਾ ਫੇਰ ਮੈਂ ਤੈਨੂੰ ਦੱਸਦਾ ਓਏ ਇੰਨਾ ਤੰਗ ਮੈਂ ਕਿਸੇ ਤੋਂ ਨਹੀਂ ਜਿੰਨਾ ਆਪਣੇ ਪਿਓ ਤੋਂ ਹਾਂ ਓਏ ਸ਼ਰਮ ਕਰ ਓਏ ਸ਼ਰਮ ਕਰ ਕੰਜਰ ਦਿਆ ਜੇ ਮੈਂ ਨਾ ਜੰਮਦਾ ਤੂੰ ਕਿੱਥੋਂ ਜੰਮਦਾ ਓਏ ਇਹ ਗੱਲ ਛੱਡ ਦੇ ਬਾਪੂ ਮੇਰੇ ਵਰਗੇ ਸੰਤ ਰੂਪ ਨਹੀਂ ਰੁਕਦੇ ਦੁਨੀਆ ਜਾਣ ਤੋਂ ਉਹ ਤੇਰਾ ਕੰਡਾ ਨਿਕਲ ਜਾਂਦਾ ਮਾਪੇ ਕਿਸੇ ਚੰਗੇ ਘਰ ਜੰਮ ਲੈਣਾ ਸੀ ਜੰਮ ਲੈਂਦਾ ਫਿਰ ਮੇਰੇ ਘਰੇ ਕਿੰਡੀਆਂ ਲੈਣ ਨੂੰ ਜੰਮਿਆ ਓਏ ਸ਼ੁਕਰ ਕਰ ਕਿ ਇੰਨਾ ਕੀਮਤੀ ਹੀਰਾ ਤੇਰੇ ਘਰ ਜੰਮਿਆ ਹੀਰਾ ਦੇਖ ਲਓ ਸਾਲਾ ਜਿੱਦੇ ਦਾ ਜੰਮਿਆ ਹਰੇਕ ਬੰਦਾ ਕਹਿੰਦਾ
ਆ ਕੀ ਜੰਮਦਾ। ਉਹ ਸਰਦਾਰ ਜੀ, ਤੁਸੀਂ ਆਪ ਦੀ ਗੱਲ ਘਰ ਜਾ ਕੇ ਕਰ ਲੈਣਾ ਹੈਗਾ, ਇੱਥੇ ਤੇ ਦੁੱਧ ਦੀ ਗੱਲ ਚੱਲਦੀ ਹੈਗੀ। ਹਾਂ ਦੱਸ ਓਏ, ਕੌਣ ਕਹਿੰਦਾ ਸੀ ਵੀ ਕੈਲੇ ਦਾ ਦੁੱਧ ਮਾੜਾ? ਆ ਚਾਚਾ ਬੋਲ ਰਿਹਾ ਹੈਗਾ। ਉਹ ਨਾਨਾ ਸ਼ੇਰਾ, ਮੈਨੂੰ ਵੱਡੇ ਮਹਾਰਾਜ ਦੀ ਸਹੁੰ ਲੱਗੇ ਕੈਲਾ ਸਾਹਿਬ, ਮੈਂ ਨਹੀਂ ਕਿਹਾ। ਉਹ ਤੂੰ ਬੰਦਾ ਬਣ ਜਾ ਕੰਜਰ ਦਾ, ਤੂੰ ਪੈਂਚਰ ਤਾਂ ਲੱਗਦਾ ਨਹੀਂ ਹੈ, ਮੇਰੇ ਦੁੱਧ ਚ ਮਲਾਵਟਾ ਕਹੀ ਜਾਂਦਾ। ਓਏ ਬੁੜਿਆ, ਸਾਡੇ ਦੁੱਧ ਬਾਰੇ ਹੁਣ ਕੁਛ ਕਹਿ ਕੇ ਦੇਖ, ਫੇਰ ਦੇਖੀ ਜੱਟ ਕੀ ਕਰਦਾ। ਮੱਥੌੜੀ ਮਾਰੂ ਮੱਥੇ ਦਾ ਬੱਚਾ, ਕਰਦਾ ਕੀ ਆ, ਘੰਟਾ ਹੋ ਗਿਆ ਮੈਨੂੰ ਦੇਖਦੇ ਨੂੰ। ਉਹ ਕੈਲਾ ਸਾਹਿਬ ਲਾਭ ਲਾਭ ਦੇ ਗੰਦ ਨੂੰ, ਨਹੀਂ ਪੰਚਰ ਕਰ ਦੂ ਇਹਦਾ ਮੈਂ। ਬਾਪੂ ਨੂੰ ਡਰਾ ਕੇ ਤੁਸੀਂ ਕਰਤੀ ਕਮਾਲ। ਤੇਰਾ ਨਿੱਤ ਦਾਵੇ ਕੰਮ ਕੋਈ ਨਵਾਂ ਪੰਗਾ ਪਾਉਣਾ? ਸੁਣ ਲਓ ਗੱਲ, ਹੁਣ ਮੈਂ ਨਹੀਂ ਵਿੱਚ ਆਉਣਾ ਬਾਪੂ, ਮੈਂ ਨਹੀਂ ਵਿੱਚ ਆਉਣਾ। ਪਤਾ ਨੀ ਕੀ ਇਹਨਾਂ ਦੀ ਮਾਂ ਨੇ ਇਹਨਾਂ ਨੂੰ ਡੀਵੀਡੀਆਂ ਖਾ ਕੇ ਜੰਮਿਆ ਸੀਗਾ, ਹਰਦੇ ਇੰਨੀ ਡਿਸ਼ਡਿਸ਼ ਕਰ ਦੋ। ਓਏ ਹਾਏ ਓ ਰੱਬਾ, ਓ ਇਹਨਾਂ ਦੋਨਾਂ ਨਾਲ ਤਾਂ ਮੈਨੂੰ ਇੱਕ ਕੁੜੀ ਦੇ ਦਿੰਦਾ। ਬਾਪੂ ਫੇਰ ਤਾਂ ਜੱਟ ਦੀ ਸੈਟਿੰਗ ਇੱਥੇ ਹੋ ਜਾਣੀ ਸੀਗੀ। ਮੈਂ ਸਾਰੇ ਦੇ ਪੰਪ ਮਾਰ ਕੇ ਮੱਥਾ ਭਾਰ ਦੂ ਸੈਟਿੰਗ ਨਾਲੇ। ਹੋਰ ਜਿਹੋ ਜਿਹਾ ਕੰਜਰ ਪਿਆ ਹੋ ਜਾ ਮੁੰਡਾ ਜੰਮ ਕੇ ਰੱਖਤਾ। ਓ ਚਾਚਾ, ਕਿੱਧਰ ਦੀ ਗੱਲ ਕਿੱਧਰ ਲੈ ਕੇ ਜਾ ਰਹੇ ਹੈਗੇ? ਇੱਥੇ ਤੇ ਗੱਲ ਖੂਨ ਖਰਾਬੇ ਦੀ ਚੱਲਦੀ ਹੈਗੀ। ਓਏ ਲੱਗਦਾ ਖੂਨ ਖਰਾਬੇ ਦਾ ਸਾਰੀ ਪੁਆੜੇ ਦੀ ਜੜ ਇਹ ਆ। ਸਾਲਿਆ ਤੈਨੂੰ ਖੂਨ ਖਰਾਬਾ ਦੇਖਣ ਦਾ ਬੜਾ ਸ਼ੌਂਕ ਹੈ। ਉਹ ਕੈਲਾ ਸਿਆ ਆਪਣੇ ਭਾਈਆਂ ਭਾਈਆਂ ਚ ਇਹ ਪਵਾਰੇ ਪਵਾਰਿਆ ਸਾਲਾ ਝੋਲ ਖਣਾ। ਮਿੱਤਰੋ ਇਹਨੂੰ ਲੰਮਾ ਪਾਵਾ ਤੇ ਹੋਰ ਪੁੱਛ ਆਪਦੇ ਗਰੀਬ ਤਗੜੇ ਨੂੰ, ਸਾਡੀ ਭਾਈਆਂ ਭਾਈਆਂ ਚ ਆਪਸ ਚ ਲੜਾਈ ਕਰਾਈ ਜਾਂਦਾ। ਖੂਨ ਖਰਾਬਾ ਕਰਾਉਣ ਲੱਗਿਆ ਸੀ? ਖੂਨ ਖਰਾਬਾ ਤਾਂ ਕੇਰਾ ਸਾਡੇ ਬਾਪੂ ਨੇ ਕੀਤਾ ਸੀ ਬੰਬੀ ਤੇ। ਤਿੰਨ ਚਾਰ ਗੁੰਡੇ ਆ ਗਏ, ਇਹਨੂੰ ਚੱਕਣ ਲੱਗੇ, ਸਾਡਾ ਬਾਪੂ ਐ ਛਾਤੀ ਤਾਣ ਕੇ ਖੜ ਗਿਆ ਯਾ ਤੇ ਕੁੱਟ ਕੁੱਟ ਲਹੂ ਲੁਹਾਣ ਕਰ। ਸੱਚੀ ਬਾਪੂ, ਸਾਡਾ ਦੁੱਧ ਇਹਨਾਂ ਦੇ ਨਹੀਂ ਸੀ? ਬਾਪੂ ਵੀ ਸਾਡਾ ਲਹੂ ਲੁਹਾਣ ਹੋ ਗਿਆ ਸੀ, ਕੁੜੀ ਨੇ ਚੁੰਨੀ ਪਾੜੀ ਐ ਬੰਨੀ। ਓਏ ਕਿਉਂ ਗੱਪ ਮਾਰਦਾ, ਕਿਉਂ ਗੱਪ ਮਾਰਦਾ ਸਾਲਾ, ਕਿੱਧਰ ਦੀ ਗੱਲ ਕਿਧਰੇ ਹੋਰ ਹੀ ਲੈ ਗਿਆ। ਮੈਂ ਦੱਸਦਾ ਅਸਲੀ ਗੱਲ ਹੈ ਕੀ ਸੀ। ਕੁੜੀ ਖੇਤਾਂ ਦੇ ਵਿੱਚ ਕੰਮ ਕਰਦੀ ਸੀ, ਇਹਦੇ ਪਿਓ ਨੇ ਕੁੜੀ ਨੂੰ ਛੇੜਤਾ। ਜਿਹੜੇ ਪੁੱਤ ਕਹਿੰਦੇ ਨਾ ਵੀ ਡਾਕੂ ਆ ਗਏ ਸੀ, ਉਹ ਡਾਕੂ ਨਹੀਂ ਸੀ, ਕੁੜੀ ਦੇ ਭਰਾ ਸੀਗੇ। ਉਹ ਜਿਹੜੀ ਤੂੰ ਕਹਿੰਦਾ ਪੱਟੀ, ਪੱਟੀ ਨਹੀਂ ਸੀ ਪੁੱਤ, ਕੁੜੀ ਨੇ ਆਪਦੀ ਚੁੰਨੀ ਨਾਲ ਤੇਰੇ ਬਾਪੂ ਦੀਆਂ ਲੱਤਾਂ ਨੂੜੀਆਂ ਸੀਗੀਆਂ। ਉਹ ਫਿਰ ਜਿਹੜੇ ਪੁਲਿਸ ਬੁਲਾਉਣ ਗਏ ਸੀਗੇ, ਉਹ ਜਦੋਂ ਪੁਲਿਸ ਆਈ ਹਸਪਤਾਲ ਨਹੀਂ ਸੀ ਲੈ ਕੇ ਗਏ ਤੇਰੇ ਪਿਓ ਨੂੰ, ਸਿੱਧਾ ਥਾਣੇ ਲੈ ਕੇ ਗਏ ਸੀ। ਵਿੱਚੋਂ ਗੱਲ ਆ, ਸਾਲਾ ਫੁਕਰੀਆਂ ਮਾਰੀ ਜਾਂਦਾ। ਅੱਛਾ, ਇਹਦਾ ਮਤਲਬ ਸਾਡੇ ਬਾਪੂ ਨੇ ਸਾਡੀ ਲੱਸੀ ਕਰਾਤੀ? ਹਾਂ, ਫਿਰ ਅੱਜ ਤੋਂ ਬਾਅਦ ਲੱਸੀ ਪੀਣੀ ਬੰਦ। ਕਿ ਸਾਲੇ ਬੜੀ ਚਾਟੀ ਦੀ ਪੀਂਦੇ ਆਹਾ, ਦਾਰੂ ਪੀਣੀ ਸ਼ੁਰੂ। ਓਹੋ ਪ੍ਰੀਤੀ ਬੇਟੇ, ਪ੍ਰੀਤੀ। ਹਾਂਜੀ ਆਂਟੀ। ਬੇਟਾ ਤੂੰ ਘਰ ਦਾ ਖਿਆਲ ਰੱਖੀ, ਮੈਂ ਜ਼ਰਾ ਮਾਰਕੀਟ ਜਾ ਕੇ ਆਉਂਦੀ ਹਾਂ। ਓਕੇ ਆਂਟੀ। ਰੱਬ ਨੇ ਜਿਵੇਂ ਵੇਲੇ ਬਹਿ ਕੇ ਬਣਾਈ ਹੈ, ਲੱਗਦਾ ਹੈ ਪੀਜੀ ਵਿੱਚ ਨਵੀਂ ਕੁੜੀ ਆਈ ਹੈ। ਓਏ ਕਮਾਲ ਦੀ ਕੁੜੀ ਆ ਓਏ, ਉਹ ਵੇਖ ਕੇ ਮਜ਼ਾ ਹੀ ਆ ਗਿਆ। ਹਾਏ ਓਏ, ਇਹਨੇ ਤਾਂ ਪੁਰਾਣੇ ਦਿਨ ਯਾਦ ਕਰਾਤੇ। ਉਹ ਬਹਿ ਜਾ ਬਹਿ ਜਾ, ਕਰਦੇ ਆ ਕੁਛ। ਇਹਨੂੰ ਦੇਖ ਕੇ ਇੱਕ ਸ਼ੇਰ ਯਾਦ ਆ ਗਿਆ। ਉਸਕੀ ਜੁਲਫੋਂ ਸੇ ਟਕਰਾ ਕਰ ਕਹਿਤੀ ਹੈ ਹਵਾ, ਵਾਹ ਵਾਹ। ਉਸਕੀ ਜੁਲਫੋਂ ਸੇ ਟਕਰਾ ਕਰ ਕਹਿਤੀ ਹੈ ਹਵਾ, ਵਾਹ ਵਾਹ। ਤੇਲ ਲਗਾਇਆ ਹੈ ਜਾਂ ਜੂਓ ਕੀ ਦੁਆ? ਔਰ ਫਿੱਟੇ ਮੂੰਹ ਤੇਰੇ ਤੇਲ ਨਾਲੇ ਜੂਓ ਜੂਓ। ਚਲੋ ਵੇ, ਚਲੋ ਇਥੋਂ, ਕਿਵੇਂ ਮੇਰੀ ਦੁਕਾਨ ਤੇ ਗੰਦ ਪਾਇਆ। ਚਲੋ ਚਵਲ ਜਾ, ਤੂੰ ਚੱਲ ਇਥੋਂ, ਚਲੋ ਚੱਕ ਆਪਣੀ ਕੇਤਲੀ ਜੀ। ਕਰਦਾ ਕੀ ਆ, ਮੇਰੀ ਦੁਕਾਨਦਾਰੀ ਪਹਿਲੀ ਨਹੀਂ ਚੱਲਦੀ, ਇੱਥੇ ਕੰਮ ਮੇਰਾ ਪਹਿਲੀ ਨਹੀਂ ਚੱਲਦਾ ਗਾ, ਕਿੱਥੇ ਆ ਕੇ
ਵੇਲੇ ਨਾ ਹੋਣ ਕਿਤੇ ਸਾਰੇ। अज तो अपनी गल बन जानी हैगी। हेलो जी, मेरा नाम है जैसी डी। मेरा नाम जेसीपी। हुण तुसी दसो थोड़ा नाम हैगा की चाहिदा थोनू? मैडम, आई एम अ सुपर रेपर। इफ यू लाइक रेप देन कॉल मी। व्हाट, यू इडियट। ओ मैडम जी, ब्रो दा मतलब सी ये बहुत वधिया रैपर है। रैपर जे थोनू कदे रैप सुनन दी लोड होवे तुसी बुलाओ, बंदा हाजिर है। नो थैंक्स, आई डोंट लाइक रैप। कोई ना जी, कोई ना, ਸਾਡਾ ਜਨਰਲ ਸਟੋਰ ਹੈ ਜੀ ਸਾਹਮਣੇ। ਕਿਸੇ ਵੀ ਚੀਜ਼ ਦੀ ਲੋੜ ਹੋਵੇ ਭਾਜ ਮਾਰੋ, ਬੰਦਾ ਅੱਧੀ ਰਾਤ ਨੂੰ ਵੀ ਹਾਜ਼ਰ ਹੋ ਜੂ। ਕੀ? ਓਕੇ ਠੀਕ ਹੈ, ਜੇ ਮੈਨੂੰ ਕੁਝ ਚਾਹੀਦਾ ਹੋਇਆ ਤੇ ਮੈਂ ਦੱਸ ਦਿਆਂਗੀ। ਕੋਈ ਗੱਲ ਨਹੀਂ, ਆਪਾਂ ਫੇਰ ਟਰਾਈ ਕਰਾਂਗੇ। ਸਸਰੀਆਕਾਲ ਪੁਰਜਿਆ। ਵਾਟ? ਮੇਰਾ ਮਤਲਬ ਸਸਰੀਆਕਾਲ ਮੈਡਮ ਜੀ। ਹਾਂਜੀ ਦੱਸੋ, ਹੁਣ ਤੁਹਾਨੂੰ ਕੀ ਚਾਹੀਦਾ ਹੈ? ਓ ਜੱਟ, ਕੁਛ ਲੈਣ ਨਹੀਂ, ਕੁਛ ਦੇਣ ਆਇਆ। ਕੀ? ਓ ਮੇਰਾ ਮਤਲਬ ਸਾਡੀ ਸਾਹਮਣੇ ਦੁੱਧੀ ਡੈਰੀ ਆ, ਤੁਹਾਨੂੰ ਕਦੇ ਵੀ ਪਿਓਰ ਦੁੱਧ ਮੱਖਣ ਲੱਸੀ ਚਾਹੀਦਾ ਹੋਵੇ, ਜੱਟ ਨੂੰ ਆਵਾਜ਼ ਮਾਰ ਦਿਓ, ਜੱਟ ਲੈ ਕੇ ਹਾਜ਼ਰ ਹੋ ਜਾਊਗਾ। ਠੀਕ ਹੈ, ਮੈਂ ਦੱਸ ਦਿਆਂਗੀ। ਓ ਮੈਡਮ ਜੀ, ਗੱਲ ਤਾਂ ਸੁਣੋ। ਪਤਾ ਨਹੀਂ ਕਿੱਥੋਂ ਆਈ ਜਾਂਦੇ फेर तंग करना शुरू करता। पर तुहानू किवें पता लग्या? ओ मैनू सब पता है, जद भी पीजी च कोई नवी कुड़ी आउंदी है ना, ए ओदे पिछे पै जांदे। नहीं हुण तां सारियां कुड़ियां घर गईयां होईयां तां शांति है, बस तैनू नवी नूं आई देखिया पिछे पै गए तेरे, बस हुण नहीं हटदे, पर जदों एक बार चित्तर खाणगे तां ठीक हो जाणगे। लैला, तू कौन? मैं तेरा मजनू, तू मेरी लैला। आ ले फड़ आलू बुखारे दा थैला। शट अप, मैनूं कोई आलू बुखारे नहीं चाहिए। ते तू है कौन? लैला, अपा जन्म जन्म दे आशिक हां। लैला, तू पिछले जन्म च बिछड़ गई सी, मैं इस जन्म च तैनू बिछड़न नहीं देना। लैला, शट अप। लैला, मैनूं जान। लैला, 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 पुकारू मैं मन में, मेरे लैला छुपी मेरे मन में। लवी जीसियां, किसे सियाने बंदे ने आख्या भी दारू नू जिन्नी छेती मका दो वधिया गल है, एनू तो पी पी के मका दो। ओ तेजी, एक बोतल होर भेजी। बाइक करना है सिया,
एक गल तो है हुण तक जिन्नियां भी पीजी च कुड़ियां आईयां ने ना उन्हां सारियां कुड़ियां नालों सोहणी कुड़ी आई है। आहा सच्ची गल है जी सिया, सौ रब दी अग दी नाल अग दी नाल बिजली बन के दिल च उतर गई। ओहो क्या कुड़ी है यार, मक्खन दा पेड़ा। ओए मेरे कहने दा ही मतलब थोड़ी सी, मता ऐ करना भी कुड़ी सोनी बहुत है, मुंह मथे लग दी है। ओ जी सिया, मुंह मथे दा मेरी बेबे लगदी हुंदी सी, लोग कहंदे आ कोई जादो तुरती सी ना, ऐ खड़ खड़ के दुनिया देखदी सी। हां आ गल ता तेरी देव साहब 16 ने सही है। ओ मेरे नालों बद कौन जानदा भी तेरी मां मुंह मथे लगदी थी। ओए चाचा बोलिया किदा तू? ओ मेरे कहण दा मतलब ए आ भी तेरी जेड़ी मां थी ओ मेरी भाभी थी। जेड़ी भाभी हुंदी आ ओ मामा बराबर हुंदी आ। कह भाभी क्यों भाई? ए ता हुण तू समझदा ना। ओ चाचा तू बोलदा किदा? ओए रख इथे गिलास, बैठ दे ले साले, हड्डी पसली तड़ा लेगा कोई। मरो थप्पड़ के मैं रोला पायागा साले, कोई हड्डी पसली टूट जू तेरी। होर ओदा कह रहा भी ओह कुड़ी बहुत चंगी है। बिल्कुल सही गल है जवानो, ऐसे गल से मेनू एक शेर चेते आ गया। अर्ज किया है इस हसीन चेहरे को खुद रब ने बनाया है, इस हसीन चेहरे को खुद रब ने बनाया है। साले ओ बाबा करो बाबा बाबा, इस हसीन चेहरे को खुद रब ने बनाया है। साले आगे भी पाओगे? सुनो सुनो, इस हसीन चेहरे को खुद रब ने, सुनो सुनो, पामे महंगे हो गए गठे, तड़का फिर भी लाया है। फिटे मुंह साले ने जमी लस्सी करके रख दी। लस्सी 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 लस्सी, अपना टंड फोड़ चको तत्र हो जाओ। कुत्तियो एक ता तुहानू गैर कानूनी ढंग नाल दारू पिओना, उत्तों मुर्गे नू तड़के ला के तुहाडे लग खोना, मेरी शेर दी फिर बेइज्जती करना, तत्र हो जाओ। ओ गल छड़ा, ओ केड़ा कंजर तेरा शेर दी बेइज्जती करदा है? ओ कले दे कहण दा मतलब ता एह सीगा भी आहा भी तेरा शेर तो बहुत सोना है कुड़ी वांगू, बहुत सोना तेरा शेर है। देख किथे तेरा शेर ते किथे ओह कुड़ी, है कोई मुकाबला? कहले भाई यही मतलब सी तेरा? ना भाई आगे मतलब सी, आगे मतलब सी, यही मतलब सी। हां यही तो मतलब। हां हां बैठो बैठो बैठो, आ छोटो ला चार लता, मेरा मतलब कहंदा प्लेटां च लाउणियां, प्लेटां च तुसी बैठो, तुसी बैठो, तुहाडी सेवा करनी आ। ओए वो मेरी आ, मैनूं हाथ किवें लाया? ओए 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 मैं तो डर के थप लग गया। ओए क्या रोला पाई जाने, क्या लड़ी जाने बलंदर? डैड आई टेल यू, मरा ना थपड़ा सरगट जिटी नड़ी आऊगी पंजाबी जी। गल कर गल इदा है भी अक दे इशारे नाल पटनी कुड़ी सामने चवारे वाली। ओए मेरी गल सुन ले, एवे ना मेरे तो घाटा लवा ली। ओए जट दी पसंद है ते ओ जट नहीं ब्याह के लेके आनी है। ओए ओए ओ साडी किस्मत दी चाबी है। ओए ब्रक असी केड़ा जट्टा नालो घट हैंगे, साडा नाम भी परमिंदर सिंह हैगा, उस कुड़ी नु तो असी ब्याह के लेके जाना हैगा। चुप करके बैठा सारिया चोल खाने, लैला सिर्फ मजनू दी है, आ देख छाती दे नाल ही खाया लैला। ओ मजनू चलो चलो चनी खानी, चल चलो चल चलो। साले ओ मैं पंज तारा बनाउणा, तुसी इक तारा नहीं रहण देना। ओ तेरा बेड़ा बह जाए तेरा, साले तू तो मेरा भैया। चौल खानी जात साले, गड्डी दी छत ते बैठ के आउणे इत्थे, मैं कहड़ा जट से घट, भांडिया ना टोकरा पिया तेरा बेमंजू। उठ 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 चल चल चल, चलो भी हुण तुसी भी अपना टेंट फुट चुको, बहुत हो गया ड्रामा, निकल जाओ। चलो भी कहला सर, चलो कहला
इधर करो चलो जी चलो निकल जाओ देख लो कौन सत्कार करूगा इन्हें टल्ली हो जाने बुढ़े ना कोई गल ना कोई बात ना है इधर हसीन चेहरा आप लेके जावांगा बहुत सही जगह ते आयो तुसी ता सामने सीगा किधर गेड़ा दबा के गए आपकी मां नू मल्ले ओए बापू ओनू मां कह के तू आप दा उल्लू सीधा करी जाना है ओ बापू नू छड़ चाचे वाल देख चाचा आखदा साडा पीजी हैगा पीजी फिर हैगा पीजी आओ देखो हैगा ऐ तो तुसी कहोगे पेंचराणी दुकान भी नहीं हैगी ऐ तो तुसी कहोगे फिर ढाबा भी नहीं हैगा ओ चल कल्ला सा तू क्यों गुस्सा करदा है तैनू तो सारा कुछ माफ है चलो कंजरा बंदर थोड़ा सामान ले जानगे चलो 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 अपनी दुकान पे शाम जाके इकट्ठे हो जाओ ओ यार अपने अपने जे लड़ाई ओ नहीं नहीं मखा चलो चलो तुम रोपड़ च केड़ी जगह तो मैं पदनपुर तो वाओ
मैं भी उठो दी हां हाय ए तो कमाल हो गया ए तो चंगा होया दोवें इक्को थां दी निकलियां हुन तुहाडे दोनों दी खूब बनेगी पर सिमी बेटा एक गल दा ख्याल रखी कोई ऐसा वैसा काम नहीं करना नहीं नहीं आंटी तुसी बिल्कुल फिक्र ना करो थोनू मेरे वालों कोई शिकायत नहीं होगी एक गल होर ए जेडे बाहर दुकाना वाले ना इन्हां नू ज्यादा मुंह नहीं लाउणा क्यों आंटी लोग चंगे नहीं ए किन्ने चंगे ने तेनू आपे पता लग जू चंगा तुसी दोवें बैठ के गल्ला करो मैं तुहाडे लई कुछ खाण नू बणाउंगी जी 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 होर सुना प्रीति ਕਿੰਨੀ ਕੀ ਪੜ੍ਹਾਈ ਕੀਤੀ ਹੈ ਤੂੰ ਮੈਂ ਬੀਐਸਸੀ ਕਰ ਰਹੀ ਹਾਂ ਬੀਐਸਸੀ ਕਰ ਲਈ ਹਾਏ ਮੈਂ ਤਾਂ 10th ਹੀ ਕੀਤੀ ਆ ਕਿੰਨੇ ਕੋ ਬੋਏਫ੍ਰੈਂਡ ਹੈਗੇ ਤੇਰੇ ਨਹੀਂ ਇੱਕ ਵੀ ਨਹੀਂ ਇੰਨੇ ਸੋਹਣੇ ਹੋਣ ਦਾ ਫਾਇਦਾ ਕੀ ਮੇਰੇ ਦੇਖ ਲਾ ਪੰਜ ਪੰਜ ਬੋਏਫ੍ਰੈਂਡ ਨੇ ਵੈਸੇ ਤੇ ਤੋਂ ਜ਼ਿਆਦਾ ਸੋਹਣੀ ਆ ਮੈਂ ਕਦੇ ਮਾਨ ਨਹੀਂ ਕਰਦੀ ਉਹ ਵੱਖਰੀ ਗੱਲ ਆ ਕਹਿਲੇ ਕੀ ਹਾਲ ਪਰੇ ਮਰ ਯਾਰ ਆ ਗਿੱਟੇ ਨੂੰ ਕੀ ਕਰਾ ਲਿਆ ਉਹ ਤੂੰ ਗਿੱਟੇ ਨੂੰ ਛੱਡ ਯਾਰ ਲੱਕ ਨੂੰ ਕੀ ਕਰਾ ਲੈ ਤੂੰ ਮੇਰੀ ਗੱਲ ਸੁਣ ਆਹ ਜਿਹੜੀ ਤੇਰਾ ਗਰਮ ਸਮਾਂ ਚਾਰੇ ਪੌੜ ਚੱਕ ਕੇ ਪੈ ਜਾਣਾ ਬੰਦੇ ਨੂੰ ਮੈਂ ਤਾਂ ਗੱਲ ਕੀਤੀ ਸੀ ਉੱਥੇ ਨਾ ਹੱਸ ਹੱਸ ਗੱਲਾਂ ਕਰਦੀ ਸੀ ਤੇ ਇਹਨਾਂ ਦਾ ਮੋਢਾ ਹੀ ਮਾਰ ਗਈ ਸੀ ਵੈਸੇ ਇੰਨੀਆਂ ਵੀ ਹੱਸ ਹੱਸ ਗੱਲਾਂ ਨੀ ਕੀਤੀਆਂ ਜਿੰਨੀ ਤੂੰ ਫੀਲਿੰਗ ਲੈ ਰਿਹਾ ਤੂੰ ਛੱਡ ਯਾਰ ਵੈਸੇ ਕੁੜੀ ਹੈ ਬੜੀ ਸੋਹਣੀ ਬੜੀ ਪਿਆਰੀ ਕੁੜੀ ਆ ਜਦੋਂ ਹੱਸ ਕੇ ਦੇਖਦੀ ਆ ਨਾ ਦਿਲ ਕੱਟ ਕੇ ਲੈ ਜਾਂਦੀ ਆ ਬਸ ਐਸੇ ਚੱਕਰ ਤਾਂ ਮੈਂ ਮਾਰਿਆ ਗਿਆ ਓਏ ਕੀ ਕੁੜੀ ਦੀ ਤਾਰੀਫ ਕਰਾਂ ਹੁਣ ਮੈਂ ਤੈਨੂੰ ਸ਼ੇਰ ਨਹੀਂ ਸੁਣਾਉਣਾ ਹੁਣ ਮੈਂ ਤੈਨੂੰ ਗਾਣਾ ਸੁਣਾਉਣਾ ਲੱਕ 28 ਕੁੜੀ ਦਾ 47 ਵੇਟ ਕੁੜੀ ਦਾ ਬਸ ਕਹਿ ਲਿਆ ਉਹਦਾ ਲੱਕ ਦੇਖਦੇ ਦੇਖਦੇ ਨੇ ਆਪਣਾ ਲੱਕ ਤੜਾ ਲਿਆ ਓਏ ਓਏ ਮੈਂ ਤਾਂ ਉਹਨੂੰ ਹੱਥ ਵੀ ਲਾਉਣ ਲੱਗਿਆ ਸੀ ਓ ਬੁੜਿਆ ਉਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸ਼ਰਮ ਕਰ ਲੈ ਮੈਂ ਤੇਰੇ ਜੁੱਤੀ ਮਾਰੂ ਘੁਮਾ ਕੇ ਤੂੰ ਹੱਥ ਲਾ ਕੇ ਦੇਖ ਹੁਣ ਤੱਕ ਤਾਂ ਮੈਂ ਇਸ ਲਈ ਚੁੱਪ ਸੀ ਤੂੰ ਮੇਰਾ ਪਿਓ ਰਿਹਾ ਸਾਲਿਆ ਹੁਣ ਕਿਸੇ ਹੋਰ ਨੂੰ ਪਿਓ ਕਹਿੰਦਾ ਇਸ ਲਈ ਤੈਨੂੰ ਛੱਡਦਾ ਮੈਂ ਖਾ ਓਏ 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 ਮਾਰੀ ਨਾ ਮੈਂ ਤੇਰੇ ਪਿਓ ਵਾਰ ਕੇ ਓ ਛੱਡ ਦੇ ਦਾ ਪਿਓ ਆ ਓ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਤੁਸੀਂ ਆਪਸ ਚ ਲੜੀ ਜਾਂਦੇ ਹੈਗੇ ਉਹ ਸਾਹਮਣੇ ਦੇਖੋ ਨਜ਼ਰ ਬਟੂ ਉਹ ਲੱਗਣਗੀਆਂ ਚੁੱਪ ਕਰੋ ਯਾਰ ਇਹਨੂੰ ਵੇਖ ਕੇ ਮੈਨੂੰ ਇੱਕ ਸ਼ੇਰ ਚੇਤੇ ਆ ਗਿਆ ਉਸਕਾ ਚਿਹਰਾ ਦੇਖ ਕਰ ਦਿਲ ਮੇ ਅਰਮਾਨ ਜਗ ਗਏ ਕਾਸ਼ ਦਾਲ ਫਰਾਈ ਜੈਸਾ ਤੜਕਾ ਹਮਾਰਾ ਵੀ ਲੱਗ ਜਾਏ ਵਾਹ 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 ਦਾਲ ਫਰਾਈ ਨਾਲੇ ਹੋਰ ਚਲੋ ਕਿੱਥੇ ਗੰਦ ਪਾ ਚਲੋ 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 ਤੁਸੀਂ ਵੀ ਕਰਦੇ ਕਿ ਨਹੀਂ ਚਲੋ ਤੇ ਦੁਕਾਨ ਤੇ ਬੈਠ ਜਾ ਕੇ ਹੈਲੋ ਜੀਤ ਚੱਲ ਸੁਣ ਸਿਮੀ ਇਹ ਤੂੰ ਕੀ ਕਰ ਰਹੀ ਹੈ ਕੀ ਕੀਤਾ ਮੈਂ ਇਹ ਜੋ ਤੂੰ ਕਰ ਰਹੀ ਹੈ ਹੱਸ ਹੱਸ ਕੇ ਇਸ਼ਾਰੇ ਕਰ ਰਹੀ ਹੈ ਤੈਨੂੰ ਪਤਾ ਹੈ ਨਾ ਆਂਟੀ ਨੇ ਮਨਾ ਕੀਤਾ ਹੈ ਓਹੋ ਮੈਂ ਇੱਥੇ ਤੇ 50 ਲੋਕਾਂ ਨਾਲ ਰੋਜ਼ ਬੇਵਕੂਫ ਬਣਾਉਂਦੀ ਹਾਂ ਤੂੰ ਟੈਨਸ਼ਨ ਨਾ ਲੈ ਪਰ ਜੇ ਕੋਈ ਊਂਚ ਨੀਚ ਹੋ ਗਈ ਫੇਰ ਆਈ ਨੋ ਡੀਅਰ ਮੈਂ ਸਾਂਭਲਾਂਗੀ ਤੂੰ ਕਿਉਂ ਫਿਕਰ ਕਰਦੀ ਹਾਂ ਚੱਲ ਠੀਕ ਹੈ ਅੰਦਰ ਆ ਜਾ ਲੰਚ ਬਣ ਗਿਆ ਹਾਂ ਚੱਲ 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 ਓ ਵੀਰੋ ਅੱਜ ਦੇ ਕਮਾਲ ਹੋ ਗਈ ਹੈਗੀ ਓ ਕੁੜੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ ਸਹੀ ਗੱਲ ਹੈ ਸਹੀ ਗੱਲ ਹੈ ਪਰ ਯਾਰ ਬਈ ਸੋਚਣ ਵਾਲੀ ਗੱਲ ਹੈ ਕੁੜੀ ਸੈੱਟ ਕਿਹਦੇ ਨਾਲ ਹੋਊਗੀ ਯਾਰ ਓ ਬਈ ਤੁਹਾਡੇ ਵੀਰ ਤੋਂ ਸਵਾਏ ਹੋ ਕਿਹਦੇ ਨਾਲ ਸੈੱਟ ਹੋ ਸਕਦੀ ਆ ਬਈ ਲਈ ਐਵੇਂ ਕਿਵੇਂ ਜਦੋਂ ਉਹਦੀ ਅਰਦਾਸ ਨੇ ਵਾਪਸ ਆਣਾ ਹੈ ਨਾ ਉਹਨੇ ਆਪਣੇ ਮਜਨੂੰ ਕੋਲੋਂ ਭੱਜ ਕੇ ਆ ਜਾਣਾ ਓਏ ਤੁਸੀਂ ਸਾਰੇ ਚੱਦੋ ਜਦੋਂ ਕੀਤਾ ਨਾ ਤੇਰੇ ਬਾਈ ਨੇ ਰੈਪ ਉਹਨੇ ਹੋ ਜਾਣਾ ਮੇਰੇ ਤੇ ਫਲੈਟ ਓਏ ਫਿਰ ਸਾਹਮਣੇ ਵੀ ਜੱਟ ਖੜਾ ਘੈਂਟ ਤੇ ਅਸੀਂ ਕਰ ਰਹੇ ਹਾਂ ਸਾਰੇ ਗੱਲਾਂ ਹੋ ਕੇ ਟੈਟ ਚੱਕੋ ਗਲਾਸੀਆਂ ਓਏ ਇਹਨਾਂ ਨੇ ਦਾਰੂ ਪੀਂਦੇ ਰਹਿ ਜਾਣਾ ਹੈਗਾ ਇੱਕ ਦਿਨ ਕੁੜੀ ਅਸੀਂ ਭਜਾ ਕੇ ਲੈ ਜਾਣੀ ਹੈਗੀ ਗੱਲ ਸੁਣੋ ਪਤੰਦਰੋ ਜਦੋਂ ਦਾਰੂ ਪੀਣੀ ਹੁੰਦੀ ਆ ਉਦੋਂ ਤਾਂ ਕਹਿੰਦੇ ਹੋਰ ਪਾ ਦੇ
जो मैं शेर सुना लगता उदो तुम कहने होर ना सुनाई होर ना सुनाई हूं दसो शेर सुनावा फिर दारू जिनी मर्जी पी। यार तू दारू पिया चाहे ना पिया पर शेर सुनाती धमकी ना दे मतलब ए थोड़ी सी कहण दा मतलब सी गा भी यार तेरा एक एक शेर आ पूरी बोतल जिन्ना नशा कर जांदा कंजर दे फिर तू बहुत हरामी है ते तू साइकिल दे पंचर लगे चाहे ना लगे पर बंदे दे पंचर पक्का ला देना। हेलो पुलिस हेलो इस ढाबे दा मालक कौन है जी गल सुनो चिपड़ा जिहा तेन सले ये नहीं पता भी ढाबे ते दारू पीनी गैर कानूनी होए जनाब सानू पता भी ढाबे ते बैठ के पीना गैर कानूनी है जनाब तुसी कानूनी बना दो इहदा मतलब तुसी चंगी तरह जानदे हो भी कानून नू सैट किवें करना है दंद की कड्डे होए मैं सिर्फ ये कह रहा है ਸਾਲਿਓ ਦਾਰੂ ਪੀ ਰਹੇ ਹੋ ਤੁਸੀਂ ਉਹ ਵੀ ਕੱਲੇ ਕੱਲੇ ਡਰ ਗਏ ਸੀ ਨਾ ਹੋਰ ਸੁਣਾਓ ਜਨਾਬ ਨਾ ਮੈਂ ਕੀ ਸੁਣਾਵਾਂ ਓਏ ਮੈਂ ਚਮਕੀਲਾ ਜਿਹੜਾ ਗਾਣੇ ਸੁਣਾਵਾਂ ਤੁਹਾਨੂੰ ਮੈਂ ਤੇ ਆਪ ਸੁਣਿਆ ਵੀ ਤੁਹਾਡੇ ਇੱਥੇ ਪੀਜੀ ਖੁੱਲਿਆ ਹੋਇਆ ਹਾਂਜੀ ਬਿਲਕੁਲ ਫਿਰ ਤੇ ਬੜੀਆਂ ਮੌਜਾਂ ਲੱਗੀਆਂ ਹੋਣੀਆਂ ਰੋਜ਼ ਸਵੇਰੇ ਸ਼ਾਮ ਦਰਸ਼ਨ ਹੁੰਦੇ ਹੋਣੇ ਨੇ ओ जनाब सामने पीजी है नमी कुड़ी आई है गल सुनो ए कोई सेट सुट कीती कि नहीं ओ जनाब आ उम्र च साडे नाल केड़ी कुड़ी ने फसना है ओ की गल करी जे ना चाचा सिया बंदा ते घोड़ा कदे बड्डे होए ने नाले कुड़ियां उम्र नहीं वेखदियां बस हिम्मत देख दिया ने हिम्मत बिल्कुल सही कह रहा हूं एक गल दसो हां बिलकुल मैं तेनू ऐसे 50 केस दिखा दू जिथे 18 तो 20 साल दियां कुड़ियां 60 तो 65 साल दे नौजवान बुजुर्गां नाल निकलियां ने बिलकुल सही गल कही ओ जनाब ने कुड़ियां उमरां नहीं देखदियां दिल देखदियां दिल जनाब ऐसे गल तां माई नू एक शेर दी आमद होई आ कल ही अजे सुनो ओए उमरां च की रखिया दिल होना चाहिदा जवान जनाब मेरा ख्याल है फ्री पैग पाओ ते फिर ड्यूटी ते जावांगे हां पहला इन्हां नू पाओ भाई जनाब नू पगार पगूर भी लाउणी होनी इन्हां ने थोड़ी पिया करो साले दारू पीनी गैर कानूनी है बिल्कुल ध्यान जनाब हुण दसो ए पुलिस पता नहीं कित्थों आ गई है सारा मजा किर करा हो गया मेरा तो दिल हार्ट बीट हो गई वैसे गल तां करने वाले से पुलिस वाले दी सही सी भी ये कुड़ियां जेड़ियां उमर नहीं देख दिया ना 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 भाई कुड़ी ते मौत उमर नहीं देख दिया सही गल है जी उमरा च की रखिया चंगी गल हां जी काम हो गया टेंशन नहीं लेनी हां मिलते हैं फिर हां अपने ब्रो तुसी स्टोर चो लेके आओ जाके मैं हुणे आया
मैडम जी तुसी बैठो जी। बैठा की है हुन तां मैं मार्केट जाना है। साडी दुकान दे तां भाग खुल गए जी, तुसी इत्थे आए जी। वेरी नॉटी। हां वैसे तां कदे मैनूं मिलन नहीं आए, हुन गल्लां मार रहे हो। मैं तां सोच ही रिया सी मैडम जी तुहानूं मिलण आवां, पर तुसी आप ही आ गए। आंदे हो नहीं, बस लारे ला रहे हो तुसी मैनूं, मैनूं सब पता। लारे नहीं मैडम जी। हेलो जी, हो गया थोड़ा समान पैक। ओह माय गॉड, किन्ना भारी आ। हाय पैसे किन्ने हो गए। कोई गल नहीं जी, थोड़ी अपनी दुकान है, जदों मर्जी आयो। सो क्यूट ऑफ यू बोथ। चलो ठीक है, मैं जल्दी मैं पार्लर जाना है। मिलते हैं फिर। ओके ब्रो, पड़ गई गल। ਸੱਟ ਤਾਂ ਨਹੀਂ ਲੱਗੀ ਬੁੱਗੇ? ਨਹੀਂ ਜੀ, ਮੈਨੂੰ ਤਾਂ ਬਿਲਕੁਲ ਨਹੀਂ ਲੱਗੀ, ਤੁਹਾਨੂੰ ਤਾਂ ਨਹੀਂ ਲੱਗੀ ਕਿਤੇ? ਮੈਂ ਤਾਂ ਟੁੱਟਿਆ ਪਿਆ ਸੀ, ਹੁਣ ਠੀਕ ਹੋਇਆ ਜੀ। ਐਕਚੁਅਲੀ ਨਾ ਮੈਂ ਪਾਰਲਰ ਜਾਣਾ ਸੀ, ਨਹੀਂ ਤਾਂ ਮੈਂ ਤੁਹਾਡੇ ਨਾਲ ਪੂਰੀਆਂ ਗੱਲਾਂ ਕਰਦੀ। ਠੀਕ ਹੈ ਜੀ, ਮਿਲਦੇ ਹਾਂ। ਥੈਂਕ ਯੂ ਵੈਰੀ ਮੱਚ ਜੀ। ਆਏ ਹਾਏ, ਲੈ ਵੋ ਜੀਤ ਪੰਚਰ ਵਾਲਿਆ, ਤੇਰੀ ਤਾਂ ਖੁੱਲ ਗਈ ਕਿਸਮਤ। ਉਹ ਪੋਸੀਆ ਸਹੀ ਉਹ ਕਹਿੰਦਾ ਸੀਗਾ। ਆਏ ਹਾਏ, ਹੁਣ ਲੱਗੂਗਾ ਪੱਕਾ ਪੰਚਰ। ਪਵਾਦੀ ਨਾਲੇ ਹੋਰ ਨਾ, ਤੁਹਾਨੂੰ ਕੀ ਪਤਾ, ਮੈਂ ਤਾਂ ਜਦੋਂ ਲਾਉਣਾ ਪੱਕਾ ਪੰਚਰੀ ਲਾਉਣਾ। ਠੀਕ ਹੈ ਜੀ, ਜਲਦੀ ਆ, ਮੈਂ ਆਪਣਾ ਖਿਆਲ ਰੱਖੋ ਤੁਸੀਂ। ਵੈਸੇ ਰੱਬ ਨੇ ਤੁਹਾਨੂੰ ਕੱਲਾ ਸੋਹਣਾ ਹੀ ਨਹੀਂ ਬਣਾਇਆ, ਤੁਹਾਨੂੰ ਸੋਹਣਾ ਪੰਨ ਵੀ ਦਿੱਤਾ ਹੈ ਤੇ ਤੁਹਾਨੂੰ ਨਾਲ ਨਾਲ ਅਕਲ ਵੀ ਦਿੱਤੀ ਹੈ। ਤੁਹਾਡਾ ਮਤਲਬ ਕੀ ਹੈ ਕਹਿਣ ਦਾ? ਨਹੀਂ ਮਤਲਬ ਰੱਬ ਇਕੱਠੀਆਂ ਚੀਜ਼ਾਂ ਨਹੀਂ ਦੇ ਸਕਦਾ, ਤੁਹਾਡੇ ਕੋਲ ਦੋਨੇ ਹੀ ਹੈ।
ਦੋਨੋਂ ਦਾ ਕੀ ਮਤਲਬ? ਦੋਨੋਂ ਦਾ ਮਤਲਬ ਹੈ ਜਿੱਥੇ ਤੁਸੀਂ ਖੂਬਸੂਰਤ ਹੈ ਉੱਥੇ ਸੀਰਤ ਵਾਲੇ। ਤੁਸੀਂ ਗੱਲਾਂ ਬਹੁਤ ਵਧੀਆ ਕਰਦੇ ਹੋ ਜੀ। ਹਾਏ ਜਿੱਥੇ ਮੈਡਮ ਮੈਂ ਗੱਲਾਂ ਸੋਹਣੀਆਂ ਕਰਦਾ ਉੱਥੇ ਮੈਂ ਸਬਜ਼ੀ ਵੀ ਬਹੁਤ ਸੋਹਣੀ ਬਣਾਉਂਦਾ। ਮੈਂ ਤੜਕੇ ਲਾਉਣਾ। ਤੁਸੀਂ ਕਿਤੇ ਢਾਬੇ ਤੇ ਆਇਓ ਮੈਂ ਤੁਹਾਨੂੰ ਐਸਾ ਖਾਣਾ ਖਵਾਉਂਗਾ। ਬਾਰ ਬਾਰ ਆਉਂਗੇ ਜੀ। ਬਿਲਕੁਲ ਆਉਂਗੀ। ਤੁਸੀਂ ਮੈਨੂੰ ਕਦੇ ਆਫਰ ਕਰਿਓ। ਪੱਕਾ ਆਉਂਗੇ ਨਾ? ਪੱਕਾ ਜੀ। ਚਲੋ ਠੀਕ ਹੈ ਜੀ, ਮੈਂ ਚਾਹੁੰਦੀ ਹਾਂ। ਮੈਨੂੰ ਭੇਜਣ ਨੂੰ ਜਾਣ ਨੂੰ ਦਿਲ ਤੇ ਨਹੀਂ ਕਰਦਾ ਪਰ ਜਾਣਾ ਤਾਂ ਪੈਣਾ ਹੀ ਹੈ। ਓਕੇ ਜੀ, ਠੀਕ ਹੈ, ਓਕੇ। ਗੁੱਡ ਈਵਨਿੰਗ ਲੈਲਾ ਜੀ। ਗੁੱਡ ਈਵਨਿੰਗ। ਪਰ ਲੈਲਾ, ਮੈਂ ਸਿੰਮੀ ਹਾਂ। ਮੈਂ ਤੁਹਾਡਾ ਮਜਨੂੰ, ਤੁਸੀਂ ਮੇਰੀ ਲੈਲਾ। ਮਜਨੂੰ? ਅੱਛੀ, ਮੈਂ ਸਿੰਮੀ ਹਾਂ, ਮੈਂ ਲੈਲਾ ਨੂੰ ਨਹੀਂ ਜਾਣਦੀ। ਅੱਜ ਤੋਂ ਪਹਿਲਾਂ ਮੈਂ ਉਸ ਕੁੜੀ ਨੂੰ ਲੈਲਾ ਸਮਝਦਾ ਸੀ। ਕਿਸ ਨੂੰ? ਪਰ ਅੱਜ ਤੋਂ ਤੁਸੀਂ ਮੇਰੀ ਲੈਲਾ ਹੋ। ਓ, ਦੈਟਸ ਵੈਰੀ ਗੁੱਡ। ਆਮੇ ਤੁਹਾਡੇ ਲਈ ਲਿਆ ਸੀ। ਮੇਰੇ ਲਈ? ਓ, ਥੈਂਕ ਯੂ ਸੋ ਮੱਚ। ਲੈਲਾ ਜੀ, ਕਿਹਾ ਮੈਂ? ਬਾਹਰ ਜਾਣਾ ਸੀ, ਹਜੇ ਤੱਕ ਤਿਆਰ ਕਿ ਨਹੀਂ ਹੋਈ। ਉਹ ਮੈਂ ਆਪੇ ਹੋ ਲਾਂਗੀ, ਪਰ ਮੈਨੂੰ ਤੇਰੇ ਬਾਰੇ ਸਭ ਸੱਚ ਪਤਾ ਲੱਗ ਗਿਆ। ਤੂੰ ਕੀ ਬੋਲ ਰਹੀ ਹੈ ਯਾਰ, ਕੀ ਹੋ ਗਿਆ? ਭਾਈ, ਤੇਰਾ ਬਾਂਡਾ ਤਾਂ ਨਹੀਂ ਫੁੱਟ ਗਿਆ? ਮੈਂ ਕੁਛ ਸਮਝੀ ਨਹੀਂ। ਸਮਝ ਤਾਂ ਤੈਨੂੰ ਸਭ ਆ ਗਈ ਹੈ, ਪਰ ਤੂੰ ਜਾਣ ਬੁੱਝ ਕੇ ਅਣਜਾਣ ਬਣ ਰਹੀ ਹੈ। ਤੂੰ ਬਾਹਰੋਂ ਢਾਬੇ ਵਾਲੇ ਨਾਲ ਕੀ ਕਰ ਰਹੀ ਸੀ? ਅੱਛਾ, ਓਹੋ ਯਾਰ, ਤੂੰ ਨਾ ਜਾਨ ਕੱਢਦੀ ਸੀ ਮੇਰੀ। ਓ ਯਾਰ, ਮਾਡਰਨ ਕੁੜੀਆਂ ਮੈਂ, ਕਿਹੋ ਜਿਹੇ ਚੱਕਰਾਂ 'ਚ ਪੈ ਗਈ ਤੂੰ ਯਾਰ? ਤੂੰ ਟੈਨਸ਼ਨ ਨਾ ਲਿਆ ਕਰ। ਪਰ ਤੈਨੂੰ ਪਤਾ ਨਹੀਂ ਹੈ ਉਹ ਕਿੰਨੇ ਗੰਦੇ ਲੋਕ ਨੇ। ਮੈਨੂੰ ਆਂਟੀ ਨੇ ਉਹਨਾਂ ਬਾਰੇ ਸਭ ਕੁਝ ਦੱਸਿਆ। ਓ ਯਾਰ, ਮੈਂ ਸਭ ਹੈਂਡਲ ਕਰ ਲਾਂਗੀ, ਤੈਨੂੰ ਪਤਾ ਨਾ ਮੇਰਾ, ਯੂ نو ਮੀ ਡੀਅਰ। ਪਰ ਜੇ ਕੋਈ ਊਂਚ ਨੀਚ ਹੋ ਗਈ ਫੇਰ? ਕੁਝ ਨਹੀਂ ਹੁੰਦਾ, ਹੁਣ ਤੂੰ ਗੱਲਾਂ ਨਾਲ ਹੀ ਢਿੱਡ ਭਰੇਂਗੀ ਜਾਂ ਕੁਝ ਖਵਾਵੇ ਦੇ। ਹਾਂ ਸੱਚ, ਇਹੀ ਤਾਂ ਦੱਸਣ ਆਈ ਸੀ, ਆਂਟੀ ਨੇ ਅੱਜ ਦਾਲ ਚਾਵਲ ਬਣਾਏ ਨੇ। ਹਾਏ, ਫੇਵਰਿਟ ਮੇਰੇ। ਚੱਲ ਫਿਰ ਆ ਜਾ। ਯਾਰ ਪ੍ਰੀਤੀ, ਯਾਰ ਲਿਆ ਦੇ ਇੱਥੇ ਨਾ, ਮੈਂ ਬੁਆਏਫ੍ਰੈਂਡ ਨਾਲ ਗੱਲ ਕਰ ਰਹੀ ਹਾਂ। ਤੂੰ ਵੀ ਨਾ ਸੁਧਰੀ ਨਾ। ਬਚ ਗਿਆ ਦਿੱਤਿਆ ਅੱਜ ਤੂੰ, ਬਈ ਮਰਨ ਵਾਲਾ ਸੀ ਅੱਜ ਤਾਂ। ਓ ਵਾਹਿਗੁਰੂ, 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 ਥੈਂਕ ਯੂ ਰੱਬਾ। ਆਨਲਾਈਨ ਆਨਲਾਈਨ ਚੈਟ ਕਰਦੀ, ਸੌਣ ਦੇ ਮਹੀਨੇ ਵਿੱਚ ਸੱਪ ਫੜਦੀ, ਸੱਪ ਫੜਿਆ ਨਾ ਘਰ ਡੁੱਬ ਜਾਣੀਆਂ ਨੇ ਕੰਮ ਸਾਨੂੰ ਹੋਰ ਵੀ ਬੜੇ। ਓ ਯਾਰ, ਚੰਡੀਗੜ੍ਹ ਵਾਲੀਆਂ ਨੇ ਤੇਰੀ ਕਰਾਂਗੀ ਹੱਥ ਘਰ ਦੇ ਖੜੇ। ਯਾਰ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਂਗੀ ਅੱਜ ਯਾਰ ਦੇ ਕੜੇ। ਵਾਹ ਜੀ ਵਾਹ। ਓ ਜਨਾਬ, ਜੀਆਂ ਨੂੰ ਧੰਨ ਭਾਗ, ਤੁਸੀਂ ਸਾਡੇ ਢਾਬੇ ਤੇ ਆਇਓ। ਨਾ ਨਾ, ਸੇਵਾ ਨਹੀਂ, ਮੈਂ ਕੁਝ ਨਹੀਂ ਖਾਣਾ ਪੀਣਾ, ਮੈਂ ਤਾਂ ਉਸ ਲੰਘਿਆ ਜਾ ਰਿਹਾ ਸੀ। ਹੋਰ ਸੁਣਾਓ ਜਨਾਬ, ਨਵੀਤਾ ਜੀ? ਯਾਰ ਨਵੀਤਾ ਜੀ, ਮੈਂ ਕੀ ਸੁਣਾਵਾਂ, ਤੁਸੀਂ ਸੁਣਾਓ। ਵਰਤਿਆ ਕੋਈ ਫਾਰਮੂਲਾ ਕਿ ਨਹੀਂ? ਹੋਈ ਗੱਲਬਾਤ ਕਿਤੇ ਸ਼ੁਰੂ? ਤੁਸੀਂ ਵੀ ਜਨਾਬ ਬੜੇ ਨੋਟੀ ਹੋ। ਵਰਤਿਆ, ਤੁਹਾਡੀ ਸਹੀ ਗੱਲ ਆ, ਕੁੜੀਆਂ ਉਮਰ ਨਹੀਂ ਦੇਖਦੀਆਂ, ਹਿੰਮਤ ਦੇਖਦੀਆਂ, ਹਿੰਮਤ। ਇਹਦਾ ਮਤਲਬ ਗੱਲਬਾਤ ਕਿਤੇ ਸ਼ੁਰੂ ਹੋ ਗਈ ਹੈ, ਮੈਨੂੰ ਵੀ ਦੱਸ। ਸਰ, ਨਵੀਂ ਆਈ ਆ ਪੀਜੀ 'ਚ, ਉਹਦੇ ਨਾਲ ਗੱਲ ਚੱਲ ਰਹੀ ਹੈ। ਅੱਛਾ, ਤੇ ਲੱਗਦਾ ਗੱਲ ਬਣ ਵੀ ਜਾਣੀ ਹੈ। ਫਿਰ ਤਾਂ ਪਾਰਟੀ ਹੋ ਗਈ। ਅੱਛਾ ਤੂੰ, ਔਰ ਸਰ ਤੁਸੀਂ ਬੈਠੋ, ਮੈਂ ਆਪ ਹੀ ਲੈ ਕੇ ਆਉਂਦਾ। ਇਹ ਸਾਰਾ 24 ਘੰਟੇ ਆਸ਼ਕੀ ਕਰਦਾ, ਬੈਠੋ। ਚੱਲ ਚੰਗਾ। ਆ ਮਰ ਗਿਆ ਤੇਰਾ, ਤੇਰਾ ਮੈਂ ਪੁੱਤ ਪਤਾ ਕੱਢਣਾ। ਸਾਹਿਬ ਜੀ, ਆਲੂ ਠੰਡਾ। ਤੂੰ ਕਿੱਥੇ ਲੁਕਿਆ ਬੈਠਾ ਸੀ ਓਏ? ਭਾਜੀ, ਜੋ ਕੁਝ ਵੀ ਤੁਹਾਨੂੰ ਕਹਿ ਰਹੇ ਸੀਗੇ ਮੈਂ ਸੁਣ ਰਿਹਾ ਸੀਗਾ। ਭਾਜੀ, ਤੁਸੀਂ ਮੇਰਾ ਇੱਕ ਕੰਮ ਕਰ ਸਕਦੇ ਹੈਗੇ? ਲੈ, ਇਹ 'ਚ ਕੋਈ ਕਹਿਣ ਵਾਲੀ ਗੱਲ ਹੈ? ਓਏ, ਉਹਨੂੰ ਤਾਂ ਮੈਂ ਉਹੀ ਕਹਿ ਰਿਹਾ ਸੀ, ਮੈਂ ਲਾ ਲਿਆ ਹਿਸਾਬ ਕਿਤਾਬ ਵੀ ਸਾਰੀ ਕਲੋਨੀ 'ਚ, ਤੂੰ ਹੀ ਵਧੀਆ ਬੰਦਾ। ਇਹ ਤਾਂ ਤੁਸੀਂ ਸਹੀ ਕਹਿ ਰਹੇ ਹੈਗੇ ਭਾਜੀ। ਵੈਸੇ ਭਾਜੀ, ਤੁਸੀਂ ਮੇਰੀ ਹੈਲਪ ਕਰ ਸਕਦੇ ਹੈਗੇ? ਓ ਯਾਰ, ਮੈਂ ਕਿਹਾ ਤਾਂ ਹੈ, ਡਰਨ ਵਾਲੀ ਕੋਈ ਗੱਲ ਨਹੀਂ, ਬਸ ਤੂੰ ਕੰਮ ਸ਼ੁਰੂ ਕਰ ਦੇ ਤੇ ਅੱਜ ਤੋਂ ਹੀ ਕੁੜੀ ਦੇ ਮਗਰ ਪੈ ਜਾ। ਠੀਕ ਹੈਗਾ ਭਾਜੀ? ਜੇ ਭਾਜੀ ਕੋਈ ਗੱਲ ਹੋ ਗਈ ਹੈਗੀ ਫੇਰ? ਓ, ਜੇ ਕੋਈ ਗੜਬੜ ਹੋ ਜੂ ਤਾਂ ਅਸੀਂ ਬੈਠੇ ਨਹੀਂ, ਤਾਂ ਕੇਸ ਤਾਂ ਸਾਡੇ ਕੋਲ ਹੀ ਆਉਣਾ। ਠੀਕ ਹੈਗਾ ਭਾਜੀ, ਫੇਰ ਸਾਂਭ ਲੈਣਾ ਹੈਗਾ ਤੁਸੀਂ ਸਭ ਕੁਝ, ਹਾਂ, ਕਿਉਂਕਿ ਕੇਸ ਤੁਹਾਡੇ ਕੋਲ ਆਉਣਾ ਹੈਗਾ। ਬਿਲਕੁਲ, ਚੱਕਦੇ ਫੱਟੇ, ਚੱਕਦੇ ਫੱਟੇ। ਠੰਡਾ ਤਾਂ ਭਾਜੀ ਨੇ ਪੀ ਲਿਆ ਹੈਗਾ। ਚੰਗਾ ਵੀ ਭਰਾਵਾ, ਠੰਡਾ ਪੀ ਲਿਆ ਮੈਂ। ਚੱਲ ਹੁਣ ਮੈਂ ਚੱਲਦਾ, ਸ਼ਾਮੀ ਮਿਲਦੇ ਆ ਫਿਰ।
ਸ਼ਾਮੇ ਚੱਪਦੇ ਫਿਰ ਆ ਕੇ ਮੁਰ ਗਈ ਟੰਗ ਕੰਮ ਕੰਮ ਕਰਿਆ ਕਰ ਓਏ ਤੇਰੀ ਯਾਰ ਨੂੰ ਤਾਂ ਨੰਗ ਬਣੇਦਾ ਸਤਿ ਸ੍ਰੀ ਅਕਾਲ ਜੀ ਉਹ ਕੀ ਹਾਲ ਹੈ ਕਰਨੈਲ ਸਿੰਘ ਜੀ ਮਹਾਰਾਜ ਸਾਡੀ ਦੁਕਾਨ ਤੇ ਵੀ ਮਾਰ ਲਿਆ ਕਰੋ ਗੇੜਾ ਸਾਡੀ ਵੀ ਟੌਰ ਬਣ ਜਾਏ ਮਹੱਲੇ ਦੇ ਵਿੱਚ ਵੀ ਸਾਨੂੰ ਵੀ ਅਫਸਰ ਜਾਣਦੇ ਨੇ ਆ ਜਾਓ ਲੱਸੀ ਪੀਨੇ ਆ ਦੁੱਧ ਪੀਨੇ ਆ ਆ ਜਾਓ ਨਾ ਨਾ ਮੈਂ ਹੁਣੇ ਨਾ ਠੰਡਾ ਪੀ ਕੇ ਆਇਆ ਯਾਰ ਉਹ ਤੁਸੀਂ ਨਾ ਦਿਓ ਪੈਸੇ ਆ ਤਾਂ ਜਾਓ ਕਰਨੈਲ ਸਿੰਘ ਐਂ ਦੱਸ ਵੀ ਆਪਾਂ ਅੱਗੇ ਕਿੰਨੇ ਕੁ ਦਿੰਦੇ ਆ ਪੈਸੇ ਮੈਂ ਤੁਹਾਡੇ ਤੋਂ ਇੱਕ ਸਲਾਹ ਜੀ ਲੈਣੀ ਸੀ ਇੱਕ ਛੱਡ ਦੋ ਲਓ ਆਪਾਂ ਨੂੰ ਕਿਹੜਾ ਇੱਥੇ ਮੁੱਲ ਪੈਂਦਾ ਤੁਸੀਂ ਜਦੋਂ ਰਾਤ ਆਪਾਂ ਢਾਬੇ ਤੇ ਮਿਲੇ ਆ ਤੁਸੀਂ ਕਹਿੰਦੇ ਸੀ ਨਾ ਵੀ ਉਹ ਵੀ ਬੰਦਾ ਕਿਸੇ ਵੀ ਉਮਰ ਚ ਕੁੜੀ ਤੇ ਖਾ ਸਕਦਾ ਕਰਨੈਲ ਸਿੰਘ ਲੱਗਦਾ ਵੀ ਕਿਤੇ ਗਾੜੀ ਫਸ ਗਈ ਹੈ ਦੱਸ ਫਿਰ ਕੌਣ ਹੈ ਕਿਹੜੀ ਕੁੜੀ ਹੈ ਕਿੱਥੋਂ ਦੀ ਹੈ ਕਿੱਥੇ ਰਹਿੰਦੀ ਹੈ ਉਹ ਜੀ ਅਸਲ ਚ ਨਾ ਪੀਜੀ ਚ ਰਹਿੰਦੀ ਹੈ ਅੱਛਾ ਮੈਨੂੰ ਸਾਰੀ ਸਮਝ ਨਹੀਂ ਲੱਗਦੀ ਮੈਂ ਗੱਲ ਸ਼ੁਰੂ ਕਿਵੇਂ ਕਰਾਂ ਯਾਰ ਇਹ ਚ ਨਾ ਸਮਝਣ ਵਾਲੀ ਕਿਹੜੀ ਗੱਲ ਹੈ ਦੇਖ ਵੱਡਾ ਸਾਰਾ ਗਿਫਟ ਪੈਕ ਕਰਾ ਜਾ ਕੇ ਬੱਜ ਪੀਜੀ ਦੇ ਦਰਵਾਜ਼ੇ ਚ ਫੇਰ ਦੇਖੀ ਕਿਵੇਂ ਘੁੱਗੀ ਆਲਣੇ ਆਉਂਦੀ ਹੈ ਸਹੀ ਗੱਲ ਹੈ ਆਹ ਗੱਲ ਤਾਂ ਤੁਸੀਂ ਨੇ ਬਿਲਕੁਲ ਸਹੀ ਕਹੀ ਹੈਗੀ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ ਚਾਹੀਦਾ ਇੱਕ ਨੰਬਰ ਦੇ ਠੱਗ ਨੇ ਠੱਗ ਉਹ ਚਾਚਾ ਸਿਆ ਤੂੰ ਚਿੰਤਾ ਨਾ ਕਰ ਆਪਾਂ ਕਿਸੇ ਸਾਲੇ ਦੀ ਕੋਈ ਗੱਲ ਨਹੀਂ ਸੁਣਨੀ ਬਸ ਜਿਵੇਂ ਮੈਂ ਤੈਨੂੰ ਸਮਝਾਇਆ ਸਾਰਾ ਕੁਝ ਉਵੇਂ ਹੀ ਕਰ ਫੇਰ ਤੈਨੂੰ ਕੁੜੀ ਛੱਡ ਕੇ ਕਿਤੇ ਨਹੀਂ ਜਾ ਸਕਦੀ ਛੱਡ ਕੇ ਤਾਂ ਮੇਰਾ ਬਾਪੂ ਗਿਆ ਸੀ ਮੇਰੀ ਬੇਬੇ ਨੂੰ ਇੱਕ ਵਾਰ ਸੋ ਮਹਾਰਾਜ ਦੀ ਮੈਂ ਕਦੇ ਮੁੜ ਕੇ ਇਕੱਠੇ ਨਹੀਂ ਦੇਖੇ ਉਹ ਤੈਥੋਂ ਚੁੱਪ ਨਹੀਂ ਬੈਠਾ ਜਾਂਦਾ ਹੁੰਦਾ ਜਦੋਂ ਦੋ ਸਿਆਣੇ ਬੰਦੇ ਗੱਲ ਕਰ ਰਹੇ ਨੇ ਤੇਰੇ ਵਿੱਚ ਭੌਂਕਣਾ ਜ਼ਰੂਰੀ ਹੁੰਦਾ ਉਹ ਚਾਚਾ ਸਿਆ ਪਾ ਦੇ ਮੂੰਹ ਚ ਤੱਤਾ ਤੱਤਾ ਰੇਤਾ ਸਾਲਾ ਆਪਦੇ ਪਰਿਵਾਰ ਦੀਆਂ ਪੋਲਾਂ ਆਪੇ ਖਲਾਈ ਜਾਂਦਾ ਉਹ ਤੇਰਾ ਬਾਪੂ ਨਹੀਂ ਛੱਡ ਕੇ ਗਿਆ ਸੀ ਤੇਰੀ ਬੇਬੇ ਨੂੰ ਤੇਰੀ ਬੇਬੇ ਭੱਜੀ ਸੀ ਕਿਸੇ ਭਈਏ ਨਾਲ ਮੁੜ ਕੇ ਨਹੀਂ ਆਈ ਹੈਗੀ ਕਰਦਾ ਕੀ ਆ ਚੁੱਪ ਕਰਕੇ ਬੈਠਾ ਕਰ ਅੱਛਾ ਇਹ ਗੱਲ ਇਹਦਾ ਮਤਲਬ ਸਾਡੀ ਬੇਬੇ ਨੇ ਵੀ ਸਾਡੀ ਲੱਸੀ ਕਰਾਤੀ ਆਹੋ ਫਿਰ ਅੱਜ ਤੋਂ ਬੇਬੇ ਕਹਿਣਾ ਬੰਦ ਦਾਰੂ ਪੀਣੀ ਸ਼ੁਰੂ ਉਹ ਜਨਾਬ ਤੁਸੀਂ ਛੱਡੋ ਜੀ ਇਹਦੀਆਂ ਗੱਲਾਂ ਨੂੰ ਤੁਸੀਂ ਮੈਨੂੰ ਜਿਵੇਂ ਕਿਹਾ ਮੈਂ ਉਵੇਂ ਕਰੂੰਗਾ ਨਾਲੇ ਤੁਹਾਨੂੰ ਤਾਂ ਪਤਾ ਵੀ ਜੀਤ ਜਦੋਂ ਲਾਉਂਦਾ ਪੱਕਾ ਪੰਚ ਨਹੀਂ ਲਾਉਂਦਾ ਬਸ ਜੇ ਮੇਰੇ ਕਹਿਣੇ ਮੁਤਾਬਕ ਚੱਲੇਗਾ ਤਾਂ ਫਾਇਦੇ ਹੀ ਫਾਇਦੇ ਉਹ ਪੰਜੇ ਉਂਗਲਾ ਘਿਓ ਚ ਤੇ ਸਿਰ ਕੜਾਈ ਚ ਕੁਛ ਨੀ ਭਾਜੀ ਅਸੀਂ ਤੇ ਇੱਥੇ ਨਵੀਂ ਸੀੜੀ ਲੈ ਕੇ ਆਏ ਸੀ ਤੁਸੀਂ ਕਿੱਧਰ ਓ ਮੈਂ ਵੀ ਇੱਥੇ ਦੁੱਧ ਦੇਣ ਆਇਆ ਸੀ ਪਰ ਦੁੱਧ ਤਾਂ ਤੁਹਾਡੇ ਕੋਲ ਕਿਤੇ ਦਿਖਦਾ ਨਹੀਂ ਓ ਤੁਹਾਡੇ ਕੋਲ ਕਿਹੜਾ ਸੀੜੀਆਂ ਭਾਜੀ ਮੈਂ ਤਾਂ ਏਦਾਂ ਹੀ ਆਇਆ ਹੈਗਾ ਉਹ ਤੇਰੀ ਭੂਆ ਦਾ ਘਰ ਹੈ ਜਿਹੜਾ ਤੂੰ ਏਦਾਂ ਹੀ ਆ ਗਿਆ ਭਾਜੀ ਸਾਡੀ ਭੂਆ ਦਾ ਘਰ ਨਹੀਂ ਹੈਗਾ ਥੋੜੀ ਕਿਹੜਾ ਮਾਸੀ ਦੇ ਘਰ ਹੈਗਾ ਤੂੰ ਮੈਂ ਤਾਂ ਗਾਟਾ ਨਾਲ ਵਾਲੀ ਰੱਖ ਬ్రో ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਓਏ ਆਪਾਂ ਆਰਾਮ ਨਾਲ ਗੱਲ ਕਰਦੇ ਬਹਿ ਕੇ ਗੱਲ ਕਰਦੇ ਕਿਉਂ ਬਈ ਬਿਲਕੁਲ ਬਈ ਓਏ ਤੂੰ ਕਿੱਥੇ ਮੈਂ ਤਾਂ ਲੈਲਾ ਨੂੰ ਸਮਾਨ ਦੇਣ ਆਇਆ ਸੀ ਉਹ ਫੜੋ ਸਾਰੇ ਸਮਾਨ ਨੂੰ ਲੱਗ ਦੇ ਕਿਵੇਂ ਮੁੰਡਿਓ ਖੜਕਾਈ ਜਾਂਦੇ ਹੋ ਗਲਾਸੀਆਂ ਸਤਿ ਸ੍ਰੀ ਅਕਾਲ ਉਹ ਆਓ ਵੀ ਐਸ ਪੀ ਸਾਹਿਬ ਉਹ ਤੁਸੀਂ ਵੀ ਖੜਕਾ ਲਓ ਗਲਾਸੀ ਜਿਉਂਦਾ ਰਹੋ ਮੁੰਡਿਆ ਜਿੱਦਣ ਮੈਂ ਐਸ ਪੀ ਬਣ ਗਿਆ ਨਾ ਤੁਹਾਨੂੰ ਸਾਰਿਆਂ ਨੂੰ ਇੱਕ ਵੱਡੀ ਪਾਰਟੀ ਦੇਣੀ ਹੈ ਟੈਂਟ ਲਾ ਕੇ ਉਹ ਐਂ ਦੱਸੋ ਬਈ ਅੱਜ ਆਪਣੇ ਵੱਡੇ ਬਾਈ ਜੀ ਨਜ਼ਰ ਨਹੀਂ ਆਉਂਦੇ ਭਾਜੀ ਤੁਸੀਂ ਉਹਨਾਂ ਨੂੰ ਛੱਡੋ ਹਾਂ ਤੁਸੀਂ ਪਹਿਲਾਂ ਸਾਡਾ ਫੈਸਲਾ ਕਰੋ ਸਾਡੀ ਮੁਸ਼ਕਲ ਹੱਲ ਕਰੋ ਤੁਸੀਂ ਤੁਹਾਡੀ ਕੀ ਮੁਸ਼ਕਲ ਓਏ ਖੁੱਲ੍ਹ ਕੇ ਦੱਸੋ ਗੱਲ ਕੀ ਹੈ ਕੀ ਗੱਲ ਇੱਕ ਦੂਜੇ ਨੂੰ ਘੁਰੀ ਜਾਂਦੇ ਹੋ ਸਾਫ਼ ਸਾਫ਼ ਦੱਸੋ ਗੱਲ ਕੀ ਹੈ ਓ ਜਨਾਬ ਮੈਂ ਤੁਹਾਨੂੰ ਦੱਸਦਾ ਅੱਜ ਜਿਹੜੀ ਸਾਹਮਣੇ ਪੀਜੀ 'ਚ ਨਵੀਂ ਕੁੜੀ ਆਈ ਹੈ ਨਾ ਆ ਜਿਹੜਾ ਆਪਣੇ ਸਾਹਮਣੇ ਉੱਪਰ ਅੱਛਾ ਸਾਰੇ ਲੜ ਰਹੇ ਨੇ ਕਿ ਉਹਨੂੰ ਸੈੱਟ ਕੌਣ ਕਰੂਗਾ ਆਹ ਵੈਲੀ ਬਾਈ ਕਹਿੰਦਾ ਮੈਂ ਕਰਨੀ ਹੈ ਆਹ ਮਜਨੂ ਬਾਈ ਕਹਿੰਦਾ ਮੈਂ ਕਰਨੀ ਹੈ
जस्सी भाई कहिंदा मैं करनी। ओ पाजी मैं भी ते हैंगा। ओ सालिया तू मैं तो अपना गाटा ना लवा ली। चुप कर साले दे रहमटा छड्डू कन ते कानून दे हुंदिया सालिया कानून नू हत्थ च लैण नू फिरदा है। पहला साले ये तो पुछ लो भी कुड़ी दे मन च की चलदा। हां पर जनाब पहला कौन जाऊ? मैं जाऊ। बंदे गल करो मेरे नाल। जेड़ी गल मैं कहना गल नूं ध्यान नाल सुनो। पहला कुड़ी को जाओ ये देखो भी कुड़ी दे मन च की चलदा है फिर गल अगे तुरूगी फिर सारे मसले अपने आप हल। हां पाजी गल अजा है लैला सिर्फ मजनू जी है। अच्छा उन्हें मेरा फूल कबूल किया जी। तू सलिया बड़ा मजनू है। मेरी गल सुनो कन खोल के। पहला कुड़ी दे कोल पीजी दे विच जाओ कले कले होके फिर ये गल समझण की कोशिश करो भी कुड़ी दे मन च चलता की है। समझ गए ना? हां ओ पाजी मेरे वर्गे उच्चे लंबे गभरू नाल ही जाएगी। ओए साल्या उच्चे लंबे गभरू दे पंजाबी तेरे तो ढंग नाल बोली नहीं जांदी। साला पंजाबी कुड़ी सेट कर नू फिर। ओए ओ ता साडे नाल जाऊगी। ओ चुप करो मखणो। ओ जनाब ओने ना लंडुआ आशका नाल नहीं गल करनी ओने ता वैली जट नाल गल करनी है। ओए लंडू किन्नू कहेगा? ओ तन्नू कहेगा? ओ साला पिछे तन्नू कहे मैं लंडू तेरिया साल्या बोदे जे पड़ देनी है मैं। जेड़ी गल मैं कह रहा गल ध्यान ना समझो। कुड़ी को जाओ ओदे कोल कोई सोना जे गिफ्ट लेके जाओ। कुड़ी नू फसाउण लई कोई कारण तां देना हुंदा है। अपने गिफ्ट लेके जाओगे फिर कुड़ी दे मन दी गल समझ आऊगी फिर उस तो बाद फिर अगे जाके गल तुरूगी फिर आऊगा स्वाद जिंदगी दा। समझ गए ना? हुण पाओ पैग। इस वेले कौन आ गया थे? देखा था सही। इस वेले एक मिनट पहले मैंने मैं कुंडी ला लाया दरवाजे को बंद करो जी। हां जी गल तो कोई नहीं हुई सी बस एक जिम्मे जरूरी गल जी करनी इस वेले बस टाइम ही लगदा ढाबे च बिजी रही दा। ढाबे जिते भी बस मेन देख दिन कुछ लेके आया। नहीं 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 कोई आ गया मुझे लगता है। तुसी ना लुक जाओ। मैं बात से करेंगे बात से करेंगे आप लुक जाओ तुसी प्लीज प्लीज प्लीज। ओह और कौन है? ओह ओह हां जी सत श्री अकाल जी। सत श्री अकाल जी। की गल होगी जी? बाहर बाहर कोई देखना लवे ना इस वेले मतलब कौन? मैं की दसा बोगे मैनू तां नींद नहीं आउंदी हैगी। मैं तां तैनू उदों दा जदों अपनी होई ना मुलाकात हवा बद भर दिंदा पटाका पा जांदा मैनू ना सारे किते तू ही दिखदी हैगी। मैं ना
ਗੱਲ ਜੀ ਅਬ ਬੰਦ ਕਿਉਂ ਕਰ ਰਹੇ ਹੋ ਜੀ ਕੀ ਹੋ ਗਿਆ ਜੀ ਹੋਰ ਕੀ ਹਾਲ ਹੈ ਮੈਂ ਤੁਹਾਡਾ ਗੁਆਂਢੀ ਦੁੱਧ ਵਾਲਾ ਦੁੱਧ ਜਿੰਨਾ ਮਰਜ਼ੀ ਕਰੀਮ ਮੱਖਣ ਪਰ ਉਹ ਤਾਂ ਮੁੰਡਾ ਸੀ ਮੈਂ ਵੀ ਮੁੰਡਾ ਹੀ ਹਾਂ ਮੁੰਡਾ ਉਹ ਦਾੜੀ ਦੇ ਨਜ਼ਲੇ ਕਰਕੇ ਚਿੱਟੀ ਹੋ ਗਈ ਸੀ ਦਵਾਈ ਲੈਣ ਲੱਗ ਗਿਆ ਮੈਂ ਹੋਰ ਕੀ ਹਾਲ ਹੈ ਸਾਈਕੋ ਬਰਥਡੇ ਤੁਹਾਡੇ ਸੀਗਾ ਜਾਉਂਦਾ ਰਹਿ ਪੁੱਤ ਮੇਰੀ ਇੱਕ ਛੋਟਾ ਜਿਹਾ ਮੋਬਾਈਲ ਦੇਣ ਆਇਆ ਸੀ ਮੋਬਾਈਲ ਛੋਟਾ ਜਿਹਾ ਆਪਾਂ ਰਾਤ ਨੂੰ ਗੱਲਾਂ ਕਰਿਆ ਕਰਾਂਗੇ ਕਿਤਾਬ ਚ ਰੱਖ ਕੇ ਲੈ ਜਾ ਕਰੀ ਬਸ ਤੈਨੂੰ ਮੇਰੀ ਸੌਂ ਲੱਗੀ ਮੈਂ ਵੀ ਇੱਕ ਮੋਬਾਈਲ ਲੈ ਕੇ ਆਇਆ ਸੀ ਛੋਟਾ ਜਿਹਾ ਫੋਨ ਨਾ ਇਹਦੇ ਵਿੱਚ ਲਿਖਿਆ ਹੋਇਆ ਤੁਸੀਂ ਨਾ ਫੋਨ ਦੇ ਰਿਹਾ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੁਨੇਹਾ ਲਾ ਦੂੰਗਾ ਕਿਵੇਂ ਜੀ ਸਿਆ ਹਾਲੇ ਹੋਏ ਨੇ ਠੀਕ ਇਹ ਬਸ ਹੋ ਗਿਆ ਊਂ ਕਹਿੰਦਾ ਸਿਆ ਰਾਤ ਹੋਈ ਤਾਂ ਬਹੁਤ ਮਾੜੀ ਸਾਰੀ ਦਿਲ ਦੀ ਗੱਲ ਦਿਲ ਚ ਹੀ ਰਹਿ ਗਈ ਹੋਰ ਯਾਰ ਮੈਂ ਤਾਂ ਆਪ ਆਂਟੀ ਨੂੰ ਗਿਆ ਸੀ ਗਿਫਟ ਦੇਣ ਆਂਟੀ ਹੈ ਨਹੀਂ ਸੀ ਘਰੇ ਮੈਂ ਫਿਰ ਸਿਮੀ ਨੂੰ ਦੇ ਕੇ ਆ ਗਿਆ ਹਾਂ ਸੌਂ ਲੱਗੇ ਯਾਰ ਮੈਂ ਤਾਂ ਆਪ ਢਾਬੇ ਬਾਰੇ ਗਿਆ ਸੀ ਬਈ ਕੋਈ ਨਵੀਂ ਡਿਸ਼ ਦਾ ਪਤਾ ਲੱਗ ਜੂ ਬਸ ਇੱਕ ਗੱਲ ਤਾਂ ਹੈ ਆਪਾਂ ਤੈਨੂੰ ਹੈ ਤਾਂ ਬਹੁਤ ਸ਼ਰੀਫ ਮੁੰਡੇ ਓਏ ਆਪਾਂ ਘੱਟ ਸ਼ਰੀਫ ਹਾਂ ਆਪਣੇ ਨਾਲੋਂ ਜ਼ਿਆਦਾ ਸ਼ਰੀਫ ਆਪਣੀ ਲਾਦ ਆ ਉਹ ਦੇਖ ਤੁਰੀ ਆਉਂਦੀ ਓਏ ਤੁਸੀਂ ਕਿਵੇਂ ਰੈਲੀ ਵਾਲਿਆਂ ਕੋ ਇਕੱਠੇ ਹੋਏ ਆਉਂਦੇ ਹੋ ਰੈਲੀ ਤੇ ਚੱਲੇ ਹੋ ਓ ਡੈਡ ਅਸੀਂ ਨਾ ਉਹ ਸਿੰਮੀ ਜੀ ਨੂੰ ਸਰਪ੍ਰਾਈਜ਼ ਦੇਣ ਬਾਰੇ ਸੋਚ ਰਹੇ ਸੀ ਹਾਂ ਜੋ ਬਾਪੂ ਸਾਡੀ ਸੈਟਿੰਗ ਹੋ ਜੇ ਮਰ ਰਖੜਾ ਮਰੂ ਓ ਚਾਚਾ ਸਾਡਾ ਮਤਲਬ ਸਾਡੀ ਇੰਟਰ ਹੋ ਜੂ ਉਸ ਕੁੜੀ ਦੇ ਨਾਲ ਉਹ ਮਜਨੂੰ ਦਾ ਬਚ ਗਿਆ ਸੀ ਤੈਨੂੰ ਛੱਡਣਾ ਕਿਸੇ ਨੇ ਨਹੀਂ ਹਲੋ ਵੀ ਬੋਲੀ ਹੈਲੋ ਜੀ ਕੀ ਹਾਲ ਹੈ ਸਿੰਮੀ ਜੀ ਹਾਲ ਤਾਂ ਤੁਸੀਂ ਨਾ ਹੀ ਪੁੱਛੋ ਮੈਂ ਤਾਂ ਪੀਜੀ ਛੱਡ ਕੇ ਜਾ ਰਹੀ ਹਾਂ ਹੈ ਪੀਜੀ ਛੱਡ ਕੇ ਜਾ ਰਹੇ ਹੋ ਐਕਚੁਅਲੀ ਨਾ ਮੈਂ ਆਪਣੇ ਕਾਲਜ ਦੀ ਫੀਸ ਭਰਨੀ ਸੀ ਬੈਂਕ ਗਈ ਆਪਣੇ ਪੈਸੇ ਕਢਾਉਣ ਲਈ ਜਦੋਂ ਵਾਪਸ ਕਢਾ ਕੇ ਆ ਰਹੀ ਸੀ ਉਹ ਚੋਰ ਪੈਸੇ ਲੈ ਕੇ ਭੱਜ ਗਿਆ ਹਾਏ ਹੁਣ ਨਾ ਮੇਰੇ ਪੇਰੈਂਟਸ ਨੇ ਮੈਨੂੰ ਪੈਸੇ ਨਹੀਂ ਦੇਣੇ ਮੇਰੀ ਪੜ੍ਹਾਈ ਛੁੱਟ ਜਾਣੀ ਹੈ ਹਾਏ ਓ ਰੱਬਾ ਜਾ ਰਹੀ ਹਾਂ ਮੈਂ ਜਾ ਰਹੀ ਹਾਂ ਇੱਦਾਂ ਕਿੱਦਾਂ ਛੱਡੂੰਗੀ ਕੋਈ ਹੱਲ ਕੱਢੂੰਗਾ ਕਮਾਲ ਕਰਦਾ ਇੱਦਾਂ ਨਹੀਂ ਜਾ ਸਕਦੀ ਤੂੰ ਤੈਨੂੰ ਬਹੁਤ ਪਿਆਰ ਕਰਦਾ ਮੈਡਮ ਜੀ ਆਈ ਨਹੀਂ ਜਾਣ ਦਿੰਦਾ ਤੈਨੂੰ ਮੇਰੀ ਖੰਡ ਤੇਰੇ ਪਿੱਛੇ ਮੈਨੂੰ ਆਪਣੀ ਪੰਚਰ ਵਾਲੀ ਦੁਕਾਨ ਕਿਉਂ ਨਾ ਵੇਚਣੀ ਪਵੇ ਮੈਂ ਤਾਂ ਉਹ ਵੀ ਵੇਚ ਦੂੰ ਹਾਂ ਕਿਵੇਂ ਚਲੀ ਜਾਏਗੀ ਤੂੰ ਮੇਰੀ ਜਾਨ
हाय हाय मेरी तो जान ही निकल जूगी। मैं करता कोई ना कोई जुगाड़ तेरे वास्ते। तू ऐदा किदा जा सकदी है? मैं कुछ ना कुछ करदा तेरे वास्ते, ऐदा नहीं तो मैं जान दिंदा। मेरे से मेरे सपने तुइयो पूरे करने हैं, नहीं आउना मैं छेती। साइको किद्दां वे मियो, तुसी इत्थे बैठे होए, मैं तनु सारेयां नु सारी कलोनी जिला पाया। ओ सत श्री अकाल जनाब, तुहानू पता है तुहाडे सामने जिहड़ी कुड़ी रहिंदी है पीजी दे विच, उहदे किसे ने पैसे लुट ले। सानू ते पता हैगा भाजी, पर थानू कैसे पता? ओए और रिपोर्ट लखौली थाने आई सी। ओ अच्छा अच्छा जनाब, ए उही कुड़ी है जिहदे लई थातो ट्रेनिंगा लैंदे सी। पर उस कुड़ी नाल होई बहुत माड़ी है, बहुत उदास सी, कहिंदी आपां नहीं रहना इत्थे, आपां चले वापस। ओ एवें किवें चले जू जनाब, ओ तुसीं कोई हल करो ना। मैं सड़िया की कर सकता होए, मैं फर के उन्हू हवाला च बंद कर दिया। जे मेरी लैला मैनू छड़ के चली गई तो मैनू फिर रेगिस्तान की खाक छड़नी पैनी है। मेरी गल सुनो, ये तुहाडे लई आइडिया भी है ते मौका भी है। वो इस वेले बहुत बड़ी समस्या च है, ये हुण तुसीं फैसला करना है बई उस कुड़ी का हीरो किसने बनना है। ठीक है, मेरा ड्यूटी का टाइम हो गया, मैं हुण चलिया। सोच लो फिर तुसीं की करना है। हाँ है साला पागल, आके कहिंदा पैसे दे के कुड़ी फस जूगी, इदा थोड़ी हुंदा। सही क्या हैगा भाजी, पैसे ना कोई कुड़ी नहीं मिलती हैगी, कोई होर सही भाजी। ओ यार गल तां सही है, पर पैसे साले किते दरख्तां नूं लगदे ने। हाँ भाई ब्रो, पैसे दरख्तां नूं थोड़ी लगदे ने, कुड़ी आपां नूं होर लभ जाणगियां। चलो चलो आपो अपने काम करिए। चलो ओए सुनो सुनो, तुसीं चाहे कुछ करो या ना, पर मैं अपनी लैला लई जरूर कुछ करांगा। ओए पागल है साला, चलो चलिए आपां। पागल है, चलो। हेलो सिमी जी। ओ हेलो, पर तुसी इत्थे किदों? ओ तुसी ए सब छड्डो, मैं ना तुहाडे नाल इक जरूरी काम आया सी। हां जी दसो। ए रख लो। ए की है? ए 20,000 रुपए ने, थानू इना दी लोड सी ना, ते मैं इक सच्चा साथी बन के थोड़ी मदद करन आ गया। नहीं नहीं, मैं केवे ले सकती हूं? ओए दा मतलब तुसी फिर सानू अपना नहीं समझदे? नहीं नहीं, तुसी तो मेरे अपने हो। फिर अपना समझ के रख लो। इसे सांदे मतलब मैं तुहाडा केवे चुकावांगी? बस जीवन पर मेरा साथ दियो, दियोगे ना? हां मैं तुहाडी हां ते तुहाडी बन के रहवांगी। सच्ची मुच्ची तुसी मेरी जिंदगी बना दित्ती हैगी। तुसी मैनू शर्मिंदा कर रहे हो जी। तुसी किन्ने चंगे हैगे। तुसी भी जी। पर तुसी ने पैसे ले आए कितों? ओ तू परवाह ना कर मेरी खंड, मैं तो तेरे पीछे लिया मां नोटां दी पंड। हाय ताई तो मेनू तुसी सब तो ज्यादा पसंद। पर मेरी गल सुन ले, किसे होर नु ना पाउण दे गंद। सो लगे मैं सिर्फ तोड़ी हां। ओ मेनू पक्का यकीन है मेरी ये मखणीए, तू मेरे तो बिना किसी दी हो ही नहीं सकती। हाय रब्बा किन्ना प्यारा बोलदे हो तुसी। देखी किते मेरे प्यार दा दही ना कर दी। तुसी मेरे बारे ऐसा सोचते हो? ओ लाडो मैं कल्ला सोच रहा, पूरी नगौर सोच रही है। तो बाकियां तो की लेना, तुसी दसो तुसी की सोच रहे? मैं सिमी है सोच रहा, तेना रल के ढाबे तो 5 तरह होटल बनावांगे, मैं तड़के लावांगा, तेनू रानी बना के बिठावांगा। आप पैसे रख ते मेरी लाडो बेड़ा आसान, टेंशन लैण दी लोड़ नहीं, मैं बैठा किसे कोल जाई ना चंगा। बिलकुल मैं आपे बिलकुल। जद कुछ है ही नहीं ते दसा की? देख तेरी अखां च साफ साफ दिख रही है कि तू कुछ लुको रही है। दोस्त प्लीज दोस्त ना यार। अच्छा सुन, फिर जब मैं घर सी ता एक मुंडा रोज मेरे पीछे आंदा सी या मेरे रस्ते च खड़ा होंदा सी, उसने कदे भी मेरे नाल कोई गल नहीं की थी। एक बार मैनू कुछ बदमाश गुंडिया ने छेड़ता ता उन्हां नाल लड़ पिया। अच्छा, होर भी बहुत सारियां गल्लां सी जो मैनू उस वे चंगियां लगदियां सी। अच्छा,
फिर गल आगे वधी नहीं यार ओ बस मेनू वेखदा ही रहे अच्छा जे हुण आके तैनू प्रपोज कर देवे ते आई लव यू कह दे ते तू हां कर देंगी ऐसा तो कुछ नहीं होता नहीं मेरा मतलब है कि जो तेरे सामने आ जाए ते तू मन जावे कि क्या तेरा ही है देख यार अज दे टाइम च ऐसा तो कोई मुंडा नहीं होता जो एक कुड़ी पीछे धक्के खांदा फिरे हुण तक तो मैनू छड़ के वो किसी होर मगर लग्या होना है ऐसा तो कुछ नहीं है प्रीति सब मुंडे ऐसा दे नहीं होंदे वो तेनू सच्चा प्यार करता है और देख ली वो एक दिन तेनू लभदा लभदा इत्थे आ जाएगा ऐदा दियां लव स्टोरी सिर्फ फिल्मां च ही होंदियां ने रियल लाइफ च नहीं ये तो तू सोचती है ओ छड़ ओहा सच मैं मार्केट जा रही हूं तू चलना नो नो मैं तो टीवी देखना है ओके ठीक है I love you, Priti. I love you. जीत दी छतरी तो उड़ गई अंबरा ते लौनी है उड़ारियां हो जीत दी छतरी तो उड़ के अंबरा ते लौनी है उड़ारियां नी बाकी है बहुत बढ़िया तुसी सुनाओ किवें हो बस बढ़िया ही है बढ़िया चाहिदा ओए असी ता आए सी तेरे कोले एक काम भई ओ कुड़ी दा की बनया मैं कहा चलो जीत तो जाके पूछदे आ ना जीत तो जाके पूछ लो जीत दे मामे दी कुड़ी लगदी आ जीत नु पूछदे नाले होर गुस्सा ना करया कर जीत से असी ता वैसे पूछया वे पता लगा ओ यार मैं पता करनु चौकीदार आ मेरे कन्नो रहे ना रहे मैनु फर्क पड़दा फर्क ता सानु भी नहीं पैंदा असी ता वैसे पूछदे आ सच्चे नहीं फर्क पैंदा ऐसे गल तक शेर याद आ गया हां सुनावा सुना दे हुन तू सुनाई बिना हटना क्या हेलो मेरे शेर नु मंदा ना बोली मेरी पमे जंद कढ़ ला जे मेरे किसे शेर नु मंदा बोलिया इत्थे खून दियां नदियां बन गए तन्नु मैं दसां ओ चज दा सुनाई भरावा तू कर ला जेड़ी पड़ास कढ़नी आ सुना दा मतलब की हो यार फिर तू कहेगा डाउट मारदे ने मेरे शेर नु कोई चज दसना हां सुनो साले हस के कहवा सुना दा शेर अर्ज कीता पौके तू फिर मंदा बोलता तो नसा मैं ओ इने ताए कहा भी छेती सुना हां सो हां सुनो शेर अर्ज कीता करो ओ जिथे मर्जी जा मुटियारे साडे बलो छुट्टियां ने जिथे मर्जी जा मुटियारे साडे बलो छुट्टियां ने आए हाय सानू तेरी नहीं ओ परवाह साडे बलो छुट्टियां ने मन नक ते थोड़ी मार के नक बिंगा कर दूं जबड़ मुहा जा ओ साल्या ए शेर आ ता गाना कॉपी कीता होएगा हां ले ओ अच्छा जी साइंस इतनी तरक्की कर गई ओ मैं इतने शेर सोचया ओ लोका ने पहले कॉपी कर सारा कॉपी दा खबरदार जे कि तो ऐसे गीत सुनाएगा मैं साले दे गोली मार दूं गोली तो केरा एक बार मेरे मामे ने मारी हेलो हो गया शुरू ओ भी शेर दे सौ लगे मैं झूठ नहीं बोलदा हैगा मामा मेरा हत्त दा शिकारी सी शिकार खेडन चल गया जंगल च मुरो दी आ गया शेर शेर देख के मामे नु भज लिया पर मामा केड़ा कट सी मामे कोल सी बंदूक मामा भी हो गया मूर्ति ऐ भाई गोली शेर भी साहो सा गोली ऐ हो के ना सिद्धी पुरपड़ी च ले भी जी से शेर नाल दी नाल दे ना मेरे सलकड़िया तेनु बेइज्जती कराउण दा इन्ना ही शौक रहिंदा गा
ਕਰਦਾ ਕੀ ਆ ਸ਼ੇਰ ਦੇ ਮਾਰੀ ਗੋਲੀ ਨਾਲੇ ਹੋਰ ਉਹ ਸਾਰਾ ਕਿਉਂ ਬੇਇੱਜ਼ਤੀ ਕਰਵਾਉਣਾ ਦੋ ਬੰਦੇ ਚ ਬੈਠਿਆਂ ਚ ਉਹ ਜਿਹਨੂੰ ਤੂੰ ਸ਼ੇਰ ਕਹਿੰਦਾ ਪਿੰਡ ਦਾ ਹਾਕਿਆ ਹੋਇਆ ਕੁੱਤਾ ਸੀਗਾ ਜਿਹਨੇ ਤੇਰੇ ਮਾਮੇ ਨੂੰ ਢਾਲਿਆ ਸੀ ਇਹਦੇ ਮਾਮੇ ਦੇ ਵੱਢ ਵੱਢ ਕੇ ਦੰਦੀਆਂ ਇਹਦਾ ਮਾਮਾ ਕਰਤਾ ਲਹੂ ਲਹਾਣ ਓਏ ਉਹ ਤਾਂ ਕਿਸੇ ਭਲੇ ਮਾਨਸ ਨੇ ਆ ਕੇ ਗਲੇਲ ਮਾਰੀ ਆ ਜਿਹਨੂੰ ਤੂੰ ਗੋਲੀ ਦੱਸਦਾ ਛੱਡੋ ਯਾਰ ਕੰਮ ਕਰੋ ਆਪਦਾ ਇਹ ਤਾਂ ਪਾਗਲ ਆ ਸਾਲਾ ਓਏ ਗੱਲ ਸੁਣ ਲੋ ਓਏ ਪਾਗਲ ਨਹੀਂ ਕਹਿਣਾ ਕਿਸੇ ਨੇ ਜੱਟ ਨੂੰ ਗੁੱਸਾ ਆ ਗਿਆ ਜੱਟ ਜਾਂ ਮਰ ਜੂ ਜਾਂ ਮਾਰ ਦੂ ਸਵੇਰ ਦੇ ਨੇ ਦਿਮਾਗ ਖਰਾਬ ਕਰਿਆ ਹੋਇਆ ਕਦੇ ਭੂਆ ਦਾ ਕਿੱਸਾ ਕਦੇ ਫੁੱਫੜ ਦਾ ਕਿੱਸਾ ਅਗਲੀ ਵਾਰ ਨੂੰ ਆਪਣੀ ਮਾਸੀ ਦਾ ਕਿੱਸਾ ਸੁਣਾਈ ਚੰਗਾ ਕੋਈ ਚੱਜ ਦਾ ਬੰਦਾ ਬਿਠਾ ਲਿਆ ਕਰ ਸਾਡੇ ਵਰਗਾ ਚਲੋ ਜਾਓ ਤੁਸੀਂ ਵੀ ਪੱਕਾ ਪੰਕੇ ਲਾ ਥਾਲੇ ਦੇ ਓਏ ਚੱਲ ਦਫਾ ਹੋ ਇਥੋਂ ਓਏ ਭਈਆ ਘੁੱਟ ਘੁੱਟ ਲਾਣੇ ਆ ਭਾਈ ਜੀ ਨਾਲੇ ਹੋਰ ਉਹ ਕੌਣ ਆ ਗਿਆ ਇਸ ਵੇਲੇ ਉਹ ਕੀ ਹੋ ਗਿਆ ਤੈਨੂੰ ਕੁਛ ਨਾ ਪੁੱਛ ਯਾਰ ਤੇਰੀ ਗੱਲ ਸੱਚ ਹੋ ਗਈ ਉਹ ਕਿਹੜੀ ਗੱਲ ਇਹੀ ਕਿ ਅੱਜ ਵੀ ਇਹਦਾ ਦੇ ਲੋਕ ਹੁੰਦੇ ਨੇ ਜੋ ਪਿਆਰ ਲਈ ਕੁਝ ਵੀ ਕਰ ਸਕਦੇ ਨੇ ਤੂੰ ਕਹਿਣਾ ਕੀ ਚਾਹੁੰਦੀ ਹੈ ਸਾਫ ਸਾਫ ਦੱਸ ਤੈਨੂੰ ਮੁੰਡਾ ਯਾਦ ਹੈ ਜਿਸ ਬਾਰੇ ਮੈਂ ਤੈਨੂੰ ਦੱਸਿਆ ਸੀ ਅੱਛਾ ਉਹ ਜਿਹੜਾ ਤੇਰੇ ਪਿੱਛੇ ਆਉਂਦਾ ਸੀ ਉਹੀ ਉਹ ਅੱਜ ਮੈਨੂੰ ਮਿਲਿਆ ਉਹਨੇ ਮੈਨੂੰ ਆਈ ਲਵ ਯੂ ਬੋਲਿਆ ਉਹ ਮੈਨੂੰ ਲੱਭ ਰਿਹਾ ਸੀ ਸਿੰਮੀ ਪ੍ਰੀਤੀ ਮੈਂ ਤੈਨੂੰ ਦੱਸਿਆ ਸੀ ਯਾਰ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ ਹਾਂ ਯਾਰ ਹੁਣ ਪਤਾ ਲੱਗਿਆ ਪਿਆਰ ਕੀ ਹੁੰਦਾ ਹੈ ਹਾਂ ਚੱਲ ਮੈਨੂੰ ਵੀ ਦੱਸ ਦੇ ਕੀ ਹੁੰਦਾ ਹੈ ਪਿਆਰ ਐਦਾਂ ਨਹੀਂ ਪਤਾ ਲੱਗਦਾ ਜਦ ਤੈਨੂੰ ਹੋਊਗਾ ਉਦੋਂ ਪਤਾ ਲੱਗੂਗਾ ਓਏ ਦੱਸ ਦੇ ਮੈਂ ਤਾਂ ਕੀ ਲੁਕਾ ਰਹੀ ਹਾਂ ਇਹ ਪਰਸਨਲ ਚੱਲ ਇਹ ਦੱਸ ਦੇ ਗੱਲਾਂ ਕੀ ਕੀ ਹੋਈਆਂ ਇਹ ਪਰਸਨਲ ਹੈ ਯਾਰ ਤੂੰ ਦੱਸ ਦੇ ਨਾ ਦੱਸ ਦੇ ਯਾਰ ਦੱਸ ਦੇ ਨਹੀਂ ਦੱਸ ਦੇ ਨਹੀਂ ਦੱਸ ਦੇ ਯਾਰ ਨਹੀਂ ਪਾਗਲ ਹੋ ਤੂੰ ਹੈਲੋ ਹੈਲੋ ਬੁੱਗੇ ਮੈਂ ਬੋਲਦਾ ਜੀਤ ਕੌਣ ਜੀਤ ਲੈ ਬੁੱਗੇ ਇੰਨੀ ਛੇਤੀ ਭੁੱਲ ਗਈ ਮੈਂ ਤੇਰਾ ਆਪਣਾ ਜੀਤ ਪੰਚਰ ਵਾਲਾ ਬੋਲਦਾ ਓ ਜੀਤ ਓ ਹਾਏ ਕਿਦਾਂ ਓ ਹਾਲ ਤਾਂ ਬੁੱਗੇ ਬਹੁਤ ਵਧੀਆ ਓ ਮੈਂ ਤਾਂ ਐ ਫੋਨ ਕਰਿਆ ਸੀਗਾ ਵੀ ਮੈਂ ਤਾਂ ਤੇਰੇ ਲਈ ਸੋਨੇ ਦੇ ਕਾਂਟੇ ਲੈ ਕੇ ਆਇਆ ਓ ਦੇਣ ਲਈ ਅੱਜ ਮਿਲਣ ਆਉਣਾ ਤੈਨੂੰ ਬਿਲਕੁਲ ਬਿਲਕੁਲ ਜਦ ਮਰਜ਼ੀ ਆ ਜਾਓ ਚੱਲ ਠੀਕ ਹੈ ਫਿਰ ਮੈਂ ਕੁਛ ਕੁ ਦੇਰ ਚ ਆਉਣਾ ਠੀਕ ਹੈ ਓਕੇ ਓਕੇ ਮੈਂ ਘਰੇ ਹੀ ਆ ਓਕੇ ਓਕੇ ਬਾਏ ਓ ਲੈ ਬਈ ਜੀਤ ਸਿਆ ਤੇਰੀ ਤਾਂ ਬਣ ਗਈ ਗੱਲ ਜੀਤੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਨਹਾ ਕੇ ਤਿਆਰ ਹੋ ਜਾਣਾ ਲੱਗਦਾ ਪਾਣੀ ਦੀ ਆਵਾਜ਼ ਆ ਰਹੀ ਲੱਗਦਾ ਆਉਂਦੀ ਆ ਆ ਜਾ ਬਾਹਰ ਮੈਂ ਵੀ ਵੇਟ ਕਰਦਾ ਸਿਮੀ ਸਿਮੀ ਦਰਵਾਜ਼ਾ ਖੁੱਲ੍ਹਾ ਹੀ ਛੱਡ ਰੱਖਿਆ ਸਿਮੀ ਮੇਰੀ ਡਾਰਲਿੰਗ ਪਾਣੀ ਦੀ ਆਵਾਜ਼ ਆਉਂਦੀ ਹੈ ਹਾਏ ਹਾਏ ਲੱਗਦਾ ਮੇਰੇ ਵਾਸਤੇ ਨਾ ਰਹੀ ਆ ਪੈ ਜਾ ਇੱਥੇ ਮੈਂ ਪਾਗਲ ਮੈਂ ਇੱਧਰ ਕਰ ਉਹ ਮੇਰੇ ਪਹਿਲੀ ਕਰ ਆ ਦੇਖ ਮੈਂ ਆ ਛੋਟੀ ਜੀ ਪੱਪੀ ਲੈ ਲੋ Oh!
ਹੋ ਗਿਆ ਤੂੰ ਇੱਥੇ ਕੀ ਕਰਦਾ ਮੈਨੂੰ ਇਹਨੇ ਸੱਜਿਆ ਮੇਰੀ ਮਸ਼ੂਕ ਆ ਮਸ਼ੂਕ ਮੇਰੀ ਆ ਤੂੰ ਇੱਥੇ ਕੀ ਕਰਦਾ ਮੈਨੂੰ ਬਚਦਾ ਤੂੰ ਕਿਹਨੂੰ ਪਿਆਰ ਕਰਦੀ ਆ ਕਿਉਂ ਦੱਸ ਮੇਰੀ ਮਸ਼ੂਕ ਆ ਮੈਨੂੰ ਪਿਆਰ ਕਰਦੀ ਆ ਹਾਂ ਸੱਚ ਸੱਚ ਦੱਸ ਮੈਨੂੰ ਪਿਆਰ ਕਰਦੀ ਹੈ ਜਾਂ ਇਹਨੂੰ ਪਿਆਰ ਕਰਦੀ ਹੈ ਦੱਸ ਦੱਸ ਮੇਰੀ ਜਾਨੇ ਇੱਥੇ ਹੋ ਕੇ ਦੱਸ ਅੱਗੇ ਹੋ ਕੇ ਦੱਸ ਆ ਦੇਖ ਆ ਦੇਖ ਮੈਨੂੰ ਪਿਆਰ ਕਰਦੀ ਹੈ ਤੂੰ ਸੱਚਾ ਦੱਸ ਕਿਹਨੂੰ ਪਿਆਰ ਕਰਦੀ ਹੈ ਓਏ ਇਹ ਤੁਹਾਨੂੰ ਨਹੀਂ ਮੈਨੂੰ ਪਿਆਰ ਕਰਦੀ ਹੈ ਓਏ ਇਹ ਤੁਹਾਨੂੰ ਨਹੀਂ ਮੈਨੂੰ ਪਿਆਰ ਕਰਦੀ ਹੈ ਤੁਹਾਨੂੰ ਨਾ ਮੈਨੂੰ ਕਰਦੀ ਹੈ ਓਏ ਇੱਕ ਮਿੰਟ ਬੁੱਗੇ ਮੇਰਾ ਮਤਲਬ ਹੈ ਸਿੰਮੀ ਜੀ ਤੁਸੀਂ ਦੱਸੋ ਕਿਹਨੂੰ ਪਿਆਰ ਕਰਦੇ ਹੋ ਦੱਸ ਦੇ ਮਤਲਬ ਤੂੰ ਸਾਡੇ ਨਾਲ ਧੋਖਾ ਕੀਤਾ ਇਹਦਾ ਮਤਲਬ ਤੂੰ ਸਾਡੇ ਨਾਲ ਖਿਲਵਾੜ ਕੀਤਾ ਇਹਦਾ ਮਤਲਬ ਤੂੰ ਆ ਮਰਚਾ ਕੇ ਸਾਨੂੰ ਬੇਵਕੂਫ ਬਣਾਇਆ ਮੈਨੂੰ ਪੈਸੇ ਖਵਾ ਕੇ ਮੇਰਾ ਰੇਪ ਕਰਨ ਆਏ ਸੀ ਹੁਣ ਡਰ ਕਿਉਂ ਗਏ ਹੈ ਬੋਲੋ ਬੁਲਾਓ ਪੁਲਿਸ ਹੈ ਹੁਣ ਬੋਲਦੇ ਨੀ ਹੁਣ ਬੰਦੇ ਦੇ ਪੁੱਤ ਬਣ ਕੇ ਬਾਹਰ ਨਿਕਲ ਜਾਓ ਬਣੇ ਫਿਰਦੇ ਹੋ ਮੈਂ ਚੱਲਿਆ ਮੇਰਾ ਦੁੱਧ ਖੱਟਾ ਹੁੰਦਾ ਕਿਉਂ ਬਾਈ ਜੱਟ ਵੀ ਤਿਆਰ ਆ ਓਏ ਮੈਂ ਨਹੀਂ ਡਰਦਾ ਹੈਗਾ ਮੈਨੂੰ ਪਤਾ ਉੱਤੇ ਕੀ ਆਉਣਾ ਹੈਗਾ ਤੁਸੀਂ ਸਾਨੂੰ ਸਮਝਦੇ ਕਿਉਂ ਨਹੀਂ ਹੋ ਉਹ ਮੇਰੀ ਜਨਮਾਂ ਤੋਂ ਪਿਛੜੀ ਹੋਈ ਲੈ ਲੈ ਉਹ ਤੂੰ ਬਕਵਾਸ ਬੰਦ ਕਰ ਉਹ ਦੱਸਾਂ ਮੱਖਣੋ ਕੀ ਕਰਨਾ ਬਰੋ ਆਪਾਂ ਉਸ ਕੁੜੀ ਕੋਲ ਜਾਂਦੇ ਆ ਆਪਾਂ ਉਹਨੂੰ ਪੁੱਛਦੇ ਆ ਜਿਹਨੂੰ ਉਹ ਹਾਂ ਕਰੂਗੀ ਠੀਕ ਹੈ ਫਿਰ ਉਸ ਤੋਂ ਬਾਅਦ ਹੋਰ ਕੋਈ ਨਹੀਂ ਬੋਲੂਗਾ ਠੀਕ ਹੈ ਬਰੋ ਸਹੀ ਕਹਿ ਰਿਹਾ ਫਿਰ ਚੱਲੀਏ ਫਿਰ ਚਲੋ ਸਿੰਮੀ ਜੀ ਉੱਠੋ ਦੇਖੋ ਤੁਹਾਨੂੰ ਮਿਲਣ ਕੌਣ ਆਇਆ ਹੈ ਉਹੀ ਜਿਹੜਾ ਤੁਹਾਡੇ ਖਿਆਲਾਂ ਚ ਆਇਆ ਉਹ ਮੈਂ ਹੀ ਆ ਮੇਰੀ ਜਾਨ ਉਹ ਜਿਸ ਨੂੰ ਤੂੰ ਬੁਲਾਇਆ ਤੁਸੀਂ ਮੇਰੇ ਨਾਲ ਹੀ ਪਿਆਰ ਦਾ ਤੜਕਾ ਲਾਇਆ ਦੇਖ ਤੇਰਾ ਮਜਨੂੰ ਵੀ ਆਇਆ ਉੱਠੋ ਨਾ ਦੱਸੋ ਤੁਹਾਡਾ ਦਿਲ ਕਿੱਥੇ ਹੈ ਤੁਹਾਡੀ ਮਾਂ ਤੇ ਵੇ ਤੁਹਾਡੀ ਇੰਨੀ ਹਿੰਮਤ ਵੱਧ ਗਈ ਵੀ ਤੁਸੀਂ ਕੁੜੀ ਦੇ ਕਮਰੇ ਤੱਕ ਆ ਗਏ ਨਾਲੇ ਜਿਹੜੀ ਪਿੱਛੇ ਤੁਸੀਂ ਭੱਜੇ ਫਿਰਦੇ ਆ ਨਾ ਉਹ ਭੱਜ ਗਈ ਮੁੰਡਿਓ ਰਹਿ ਗਏ ਰਾਂਝੇ ਉੱਡ ਗਈ ਹੀਰ ਓਏ ਸੁਧਰ ਜੋ ਛੱਡ ਦੋ ਪੁੱਠੇ ਕੰਮ
ਐ ਨਹੀਂ ਮਿਲਦੀਆਂ ਹੀਰਾਂ। ਸੁਣਿਆ ਨਹੀਂ ਸੁਣਿਆ? ਉਹ ਮਹਿਤਾ ਥਾਣੇਦਾਰ ਸਾਹਿਬ ਇਹਨਾਂ ਨੂੰ ਪਹਿਲੇ ਸਮਝਾ ਰਿਹਾ ਸੀਗਾ ਪਰ ਕੋਈ ਸਮਝਦਾ ਹੀ ਨਹੀਂ ਹੈਗਾ। ਸਾਡੇ ਨਾਲ ਤਾਂ ਬਹੁਤ ਕੁੱਤੇ ਖਾਣੀ ਹੋਈ। ਬਸ ਬਸ ਕਹਿ ਲਿਆ ਪੀ ਜਾ ਦੁੱਖ ਨਾ ਭੁੱਲ। ਬਸ ਬਸ ਜਨਾਬ ਕੀ ਦੱਸੀਏ, ਸਾਡੇ ਨਾਲ ਤਾਂ ਏਦਾਂ ਦੀ ਕੁੱਤੇ ਖਾਣੀ ਹੋਈ ਕਿਸੇ ਵੈਰੀ ਦੁਸ਼ਮਣ ਨਾਲ ਹੋਵੇ। ਓਏ ਚੰਗਾ ਵੀ ਮੁੰਡਿਓ, ਮੇਰੀ ਬਦਲੀ ਹੋ ਗਈ, ਮੈਂ ਵੀ ਵਾਪਸ ਜਾਣਾ ਹੁਣ, ਇਸ ਤੋਂ ਬਾਅਦ ਸ਼ਾਇਦ ਆਪਾਂ ਨਾ ਮਿਲ ਸਕੀਏ। ਚੰਗਾ ਬਈ, ਰੱਬ ਰਾਖਾ। ਆ ਸ਼ੁਕਰ ਹੈ ਜੀ ਬਦਲੀ ਹੋ ਗਈ। ਆ ਸਾਰੇ ਪੁਆੜੇ ਦੀ ਜਿਹੜੇ ਹੀ ਸੀਗਾ, ਆ ਸਾਰੇ ਸਿਆਪੇ ਇਸੇ ਦੀ ਪੁਆਏ ਹੋਏ ਨੇ। ਪੁੱਠੀਆਂ ਸਲਾਹਾਂ ਦਿੰਦਾ। ਆ ਹੁਣ ਬੈਠੋ, ਸਿਰ ਫੜੀ, ਨੀਵੀਂ ਪਾਈ, ਖਬਰਦਾਰ ਜੇ ਅੱਜ ਤੋਂ ਬਾਅਦ ਕੋਈ ਗੰਦਾ ਕੰਮ ਕਰਿਆ ਨਾਲੇ ਹੋਰ ਨੋ ਇੱਧਰ ਉੱਧਰ ਦੇਖਣਾ, ਠੀਕ ਹੈ? ਚਲੋ ਸਾਰੇ ਜਾਣੇ ਰਲ ਕੇ ਸੌ ਪਾਓ ਵੀ ਆਪਾਂ ਇਹੋ ਜਿਹਾ ਕੰਮ ਨਹੀਂ ਕਰਾਂਗੇ। ਖਲੋ ਜਾ, ਖਲੋ ਜਾ ਇੱਕ ਮਿੰਟ ਜੀਤ, ਖਲੋ ਜਾ। ਏਦਾਂ ਸੌ ਨਹੀਂ ਖਾਣੀ, ਮੈਂ ਆਪਣਾ ਜੰਤਰ ਲੈ ਕੇ ਆਉਣਾ। ਓਏ ਹੁਣ ਇਹ ਕਿਹੜਾ ਸੱਪ ਕੱਢਣ ਚਲਾ ਗਿਆ? ਇਹਨਾਂ ਮੈਂ ਸਾਰੀਆਂ ਸਬਜ਼ੀਆਂ ਦਾਲਾਂ ਪਾਈਆਂ, ਅੰਨ ਇਹਨਾਂ ਪਾਇਆ, ਇੱਥੇ ਹੱਥ ਰੱਖੋ ਸਾਰੇ। ਹੁਣ ਕਸਮ ਖਾਓ ਭਾਈ, ਕਸਮ ਖਾਣੇ ਆ। ਤੂੰ ਵੀ ਰੱਖ, ਅੱਜ ਤੋਂ ਬਾਅਦ ਅਸੀਂ ਕਸਮ ਖਾਣੇ ਆ, ਅਸੀਂ ਕਸਮ ਖਾਣੇ ਆ। ਐਕਸਕਿਊਜ਼ ਮੀ, ਆ ਕੌਣ ਬੋਲਦਾ ਇੰਗਲਿਸ਼? ਐਕਸਕਿਊਜ਼ ਮੀ। आपसे एक बात पूछनी थी। हाँ, पुछो, पुछो। यहाँ गर्ल्स का पीजी कहाँ है? हाँ जी, हाँ जी, गुड़िया का पीजी है क्या जी? अच्छा, कहाँ है? असीदा, 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 असीदा सांगे। ਖਸਮਾਂ ਖਾਣਿਓ, ਛੜਿਓ ਵਿਆਹਿਓ, ਟੁੱਟ ਪੈਣਿਓ, ਲੁੱਟ ਪੁੱਟ ਜਾਓ, ਮਰ ਜਾਣਿਓ, ਬੇਹਾਇਆ ਹੈ ਤੁਸੀਂ ਰਹਿਣਾ। ਬੁੜੀਆਂ ਬੁੜੀਆਂ ਕੀ ਜਨਾਨੀਆਂ, ਟੁੱਕਰ ਟੁੱਕਰ ਵੇਖੀ ਜਾਣੀਆਂ, ਸ਼ਟ ਅਪ ਹੋ ਜਾਓ, ਛਿੱਤਰ ਖਾਣਿਓ, ਬੇਸਤੀਆਂ ਟੂ ਬੀ ਕੰਟੀਨਿਊ। ਰਹਿ ਗਏ ਰਾਂਝੇ, ਹੋਏ ਹੋਏ ਹੋ, ਰਹਿ ਗਏ ਰਾਂਝੇ, ਆਏ ਹਾਏ, ਰਹਿ ਗਏ ਰਾਂਝੇ, ਹੋਏ ਹੋਏ ਹੋ, ਰਹਿ ਗਏ ਰਾਂਝੇ। ਬੀਆਰ ਫੈਗੇ ਨੇ ਜੀ, ਫੈਗੇ ਰਾ।